ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਜੀ KTV, ਅਤੇ ਅਸੀਂ ਲੈ ਕੇ ਆਏ ਜੀ ਤੁਹਾਡੇ ਵਾਸਤੇ ਸਿੱਖੀ ਦੀਆਂ ਗੱਲਾਂ ਪ੍ਰੋਗਰਾਮ, ਜੋ ਕਿ ਤੁਸੀਂ ਹਰ ਹਫ਼ਤੇ ਸਾਡੇ ਨਾਲ ਮਿਲਦੇ ਹੋ। ਸਾਡੀ ਕੋਸ਼ਿਸ਼ ਹੁੰਦੀ ਹੈ ਜੀ ਅਸੀਂ ਆਪਣੇ ਆਉਣ ਵਾਲੀ ਜਨਰੇਸ਼ਨ ਨੂੰ ਸਿੱਖੀ ਦੇ ਨਾਲ ਜੋੜ ਸਕੀਏ, ਅਤੇ ਕੁਛ ਨਾ ਕੁਛ ਨਵੇਂ ਸ਼ਖਸੀਅਤ, ਨਵੀਆਂ ਗੱਲਾਂ ਅਤੇ ਨਵੀਆਂ ਬਾਤਾਂ ਦੇ ਨਾਲ ਅਸੀਂ ਜੋ ਪੰਜਾਬ ਦੀ ਧਰਤੀ, ਇੰਗਲੈਂਡ ਦੀ ਧਰਤੀ, ਯੂਰਪ ਦੀ ਧਰਤੀ, ਜਿੱਥੇ ਜਿੱਥੇ ਵੀ ਤੁਸੀਂ ਪ੍ਰੋਗਰਾਮ ਦੇਖ ਰਹੇ ਹੋ, ਅਤੇ ਕੁਛ ਨਾ ਕੁਛ ਅਸੀਂ ਸਿੱਖ ਲਈ ਅਵੇਅਰਨੈਸ ਲੈ ਕੇ ਆ ਸਕੀਏ। ਅਤੇ ਅੱਜ ਜੀ ਇਸੇ ਹੀ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਬਹੁਤ ਹੀ ਸਾਡੇ ਸਤਿਕਾਰਯੋਗ ਸੰਤ ਬਾਬਾ ਦਰਸ਼ਨ ਸਿੰਘ ਜੀ ਖਾਲਸਾ ਟੱਕੀ ਸਾਹਿਬ ਵਾਲੇ ਪਹੁੰਚੇ ਹੋਏ ਹਨ, ਜਿਨ੍ਹਾਂ ਦੇ ਨਾਲ ਅਸੀਂ ਅੱਜ ਗੱਲਾਂ ਬਾਤਾਂ ਕਰਾਂਗੇ, ਕੁਛ ਪੰਜਾਬ ਦੀਆਂ ਅਤੇ ਕੁਛ ਇਸ ਯਾਤਰਾ 'ਤੇ ਉਹ ਆਏ ਹੋਏ ਹਨ ਇੱਥੇ ਦੀਆਂ। ਅਤੇ ਅਸੀਂ ਮਿਲਦੇ ਹਾਂ ਜੀ ਸੰਤ ਬਾਬਾ ਦਰਸ਼ਨ ਸਿੰਘ ਜੀ ਖਾਲਸਾ ਟੱਕੀ ਸਾਹਿਬ ਵਾਲੇ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਭਾਈ ਸਾਹਿਬ ਜੀ ਤੁਹਾਡਾ ਧੰਨਵਾਦ ਕਰਦੇ ਹਾਂ, ਵੈਲਕਮ ਕਰਦੇ ਹਾਂ, ਤੁਸੀਂ ਸਾਡੇ ਲੰਡਨ KTV ਸਟੂਡੀਓ ਦੇ ਵਿੱਚ ਆਇਓ। ਅਤੇ ਤੁਸੀਂ ਸਾਨੂੰ ਦੱਸੋ ਕਿ ਤੁਸੀਂ ਕਿਹੜੇ ਪੰਜਾਬ ਦੇ ਵਿੱਚ ਕਿਸ ਧਰਤੀ ਦੇ ਰਹਿਣ ਵਾਲੇ ਹੋ? ਬੀਬੀ ਕੁਲਵਿੰਦਰ ਕੌਰ ਜੀ ਅਤੇ ਸਾਰੇ KTV ਦੇ ਸਰੋਤਿਆਂ ਨੂੰ ਸਤਿਕਾਰ ਸਾਹਿਤ ਫਤਿਹ ਬੁਲਾਉਂਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਪੰਜਾਬ ਦੇ ਜਿਹੜੇ ਲੁਧਿਆਣੇ ਦੇ ਵਿੱਚ ਦਰਾਹੇ ਦੇ ਕੋਲ ਹੈ ਤਪਵਨ ਟੱਕੀ ਸਾਹਿਬ, ਜਿਸ ਦਾ ਨਾਂ ਹੈ ਗੁਰਦੁਆਰਾ ਤਪਵਨ ਟੱਕੀ ਸਾਹਿਬ, ਅਤੇ ਉੱਥੋਂ ਅਸੀਂ ਆਪਣੇ ਪਿਛਲੇ ਕੁਛ ਦਿਨਾਂ ਤੋਂ ਅਸੀਂ ਇੱਥੇ ਸੰਗਤ ਦੇ ਦਰਸ਼ਨ ਕਰਨ ਵਾਸਤੇ ਇੱਥੇ ਅਸੀਂ ਆਏ। ਜਿੱਦਾਂ ਆਪਾਂ ਨਾਂ ਲੈਂਦੇ ਟੱਕੀ ਸਾਹਿਬ, ਟੱਕੀ ਸਾਹਿਬ ਕੀ ਉੱਥੇ ਗੁਰਦੁਆਰੇ ਦਾ ਨਾਂ ਆ ਜਾਂ? ਹਾਂ, ਉੱਥੇ ਗੁਰਦੁਆਰੇ ਦਾ ਨਾਂ ਹੈ, ਅਤੇ ਤਕਰੀਬਨ ਉੱਥੇ 500 ਵਿਘੇ ਦੇ ਵਿੱਚ, 100 ਏਕੜ ਦੇ ਵਿੱਚ ਜਿਹੜਾ ਹੈ ਪੂਰਾ ਜੰਗਲ ਆ, ਬਹੁਤ ਸਦੀਆਂ ਪੁਰਾਣਾ ਹੈ। ਅਤੇ ਉੱਥੇ ਆਪਣਾ ਗੁਰੂ ਗ੍ਰੰਥ ਸਾਹਿਬ ਮਹਾਰਾ ਪ੍ਰਕਾਸ਼ ਨੇ, ਅਤੇ ਆਪਣਾ ਗੁਰਬਾਣੀ ਦੇ ਅਖੰਡ ਪਾਠ ਸਾਹਿਬ, ਸੰਥਿਆ ਦੀਆਂ ਕਲਾਸਾਂ, ਕੀਰਤਨ ਵਗੈਰਾ, ਕੀਰਤਨ ਦੀਵਾਨ ਜਿਹੜਾ 28-30 ਸਾਲ ਤੋਂ ਜਿਹੜੇ ਆਨੇ ਪ੍ਰੋਗਰਾਮ ਚੱਲ ਰਹੇ ਹਨ, ਅਤੇ ਗੁਰਦੁਆਰਾ ਤਪਵਨ ਟੱਕੀ ਸਾਹਿਬ ਇਸ ਕਰਕੇ ਕਿਹਾ ਜਾਂਦਾ। ਅਤੇ ਜਿਹੜਾ ਗੁਰਦੁਆਰਾ ਲੁਧਿਆਣੇ ਤੋਂ ਕਿੰਨੀ ਦੂਰ ਦੀ ਵਿੱਥ 'ਤੇ ਹੈਗਾ? ਲੁਧਿਆਣੇ ਤੋਂ ਇਹ ਤਕਰੀਬਨ 15-20 ਕਿਲੋਮੀਟਰ ਹੋਊਗਾ ਦਰਾਹੇ 'ਤੇ, ਤੁਸੀਂ ਕਹਿੰਦੇ ਲੱਗ ਗਿਆ ਦਰਾਹੇ ਤੋਂ ਹੋਊਗਾ, 7-8 ਕਿਲੋਮੀਟਰ ਹੋਊਗਾ ਦਰਾਹੇ ਤੋਂ। ਅਤੇ ਬਾਬਾ ਜੀ ਤੁਸੀਂ ਦੱਸੋ ਕਿ ਤੁਹਾਨੂੰ ਕਿੱਦਾਂ ਇੱਧਰਲੀ ਲੱਗਣ ਲੱਗੀ, ਕਿੱਦਾਂ ਤੁਹਾਡਾ ਬਚਪਨ ਤੋਂ ਤੁਸੀਂ ਇਸ ਪਾਸੇ ਨੂੰ ਲੱਗੇ ਜਾਂ ਕਿੱਦਾਂ? ਸਾਡਾ ਜਿਹੜਾ ਜਨਮ ਨਗਰ ਹੈ ਉਹ ਚੰਡੀਗੜ੍ਹ ਰੋਡ ਦੇ ਉੱਤੇ ਨਗਰ ਘੜੂਆਂ ਹੈ। ਹਾਂਜੀ। ਅਤੇ ਜਿਹੜੀ ਇਹ ਸਤਿਗੁਰੂ ਦੀ ਬਖਸ਼ਿਸ਼ ਹੈ, ਸਿੱਖੀ ਦੀ ਦਾਤ ਹੈ, ਅਤੇ ਇਹ ਸਾਨੂੰ ਬਚਪਨ ਤੋਂ ਹੀ ਪ੍ਰਾਪਤ ਹੋਈ ਹੈ। ਬਾਕੀ ਪਰਿਵਾਰ ਦੇ ਵਿੱਚ ਜਿਹੜੇ ਹਨ ਸਾਡੇ ਮਾਤਾ ਜੀ, ਦਾਦਾ ਜੀ, ਸਾਰੇ ਉਹ ਗੁਰਸਿੱਖੀ ਸਨ, ਅਤੇ ਬਚਪਨ ਤੋਂ ਹੀ ਇਹ ਸਤਿਗੁਰ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਜਿਹੜੀ ਹੈ, ਇਹ ਬਚਪਨ ਤੋਂ ਹੀ ਇਹ ਪ੍ਰਾਪਤ ਹੋਈ ਹੈ, ਪਰਿਵਾਰ ਵਿੱਚ ਵੀ ਪ੍ਰਾਪਤ ਹੋਈ, ਗੁਰੂ ਦੀ ਕਿਰਪਾ ਦੇ ਨਾਲ। ਹਾਂਜੀ। ਅਤੇ ਤੁਸੀਂ ਤੁਹਾਡਾ ਮੈਂ ਕੀਰਤਨ ਵੀ ਸੁਣਿਆ, ਟੇਪਾਂ ਵੀ ਹੈਗੀਆਂ, ਫੇਸਬੁੱਕ ਵੀ ਬਣੀ ਹੋਈ ਆ, ਅਤੇ ਕਾਫੀ ਵਧੀਆ ਤੁਸੀਂ ਪ੍ਰਚਾਰ ਕਰਦੇ ਹੋ, ਅਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਬੱਚਿਆਂ ਵਾਸਤੇ ਕੀ ਕਰ ਰਹੇ ਹੋ? ਅਤੇ ਅਸੀਂ ਤਕਰੀਬਨ 28-30 ਸਾਲ ਤੋਂ ਆਪਣਾ ਜਿਹੜਾ ਹੈ ਪਿੰਡਾਂ ਦੇ ਵਿੱਚ, ਨਗਰਾਂ ਦੇ ਵਿੱਚ ਜਾ ਕੇ ਜਿਹੜਾ ਹੈ ਪ੍ਰਚਾਰ ਕਰ ਰਹੇ ਹਾਂ, ਅਤੇ ਨਸ਼ੇ ਛਡਾ ਰਹੇ ਹਾਂ। ਤਕਰੀਬਨ ਆਪਣਾ 25 ਸਾਲ ਤੋਂ ਡੀਡਿਕਸ਼ਨ ਸੈਂਟਰ ਖੋਲ੍ਹ ਕੇ, ਜਿਹਦੇ ਵਿੱਚ ਹਜ਼ਾਰਾਂ ਹੀ ਆਪਣਾ ਜਿਹੜੇ ਹਨ ਲੋਕਾਂ ਦੇ ਨਸ਼ੇ ਛਡਾਏ, ਅਤੇ ਹੁਣ ਵੀ ਉਹ ਚੱਲ ਰਹੇ ਹਨ। ਬੱਚਿਆਂ ਵਾਸਤੇ ਅਸੀਂ ਕੀਰਤਨ ਦੀਆਂ ਕਲਾਸਾਂ ਲੈਂਦੇ ਹਾਂ, ਸੰਥਿਆ ਵਾਸਤੇ ਲੈਂਦੇ ਹਾਂ, ਅਤੇ ਗੱਤਕੇ ਦੀਆਂ ਕਲਾਸਾਂ ਜਿਹੜੀਆਂ ਅਸੀਂ ਲੈਂਦੇ ਹਾਂ, ਅਤੇ ਘੋੜਸਵਾਰੀ ਦੀਆਂ ਅਸੀਂ ਕਲਾਸਾਂ ਲੈਂਦੇ ਹਾਂ, ਅਤੇ ਆਪਣਾ ਦਮਾਲੇ, ਦਸਤਾਰਾਂ ਸਜਾਉਣ ਦਾ, ਅਤੇ ਬਾਣੀ ਦਾ ਜਿਹੜਾ ਹੈ ਪ੍ਰਚਾਰ ਕਰਨ ਵਾਸਤੇ ਅਸੀਂ ਲੱਗੇ ਹੋਏ। ਆਪਣੇ ਵੱਲੋਂ ਪੂਰੀਆਂ ਅਸੀਂ ਕੋਸ਼ਿਸ਼ਾਂ ਜਿਹੜੀਆਂ ਇਸ ਵਾਸਤੇ ਕਰ ਰਹੇ ਹਾਂ। ਤਾਂ ਜਿਹੜੇ ਇਹ ਸਾਰੇ ਆਪਾਂ ਤੁਸੀਂ ਕਰ ਰਹੇ ਹਾਂ ਐਕਟੀਵਿਟੀ, ਅਤੇ ਇਹ ਸਾਰੀਆਂ ਉਸ ਢੱਕੀ ਗੁਰਦੁਆਰੇ ਸਾਹਿਬ ਹੋ ਰਹੀਆਂ ਆ, ਜਾਂ ਕਿ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਵੀ ਇਹ ਕਰਦੇ ਹਾਂ? ਅਸੀਂ ਉੱਥੇ ਇਹ ਸਾਰੀਆਂ ਐਕਟੀਵਿਟੀਜ਼ ਜਿਹੜੀਆਂ ਹਨ ਗੁਰਦੁਆਰਾ ਤੋਂ ਢੱਕੀ ਸਾਹਿਬ ਵਿਖੇ ਹੋ ਰਹੀਆਂ ਹਨ। ਹਰ ਸੰਡੇ ਨੂੰ ਉੱਥੇ ਕਲਾਸਾਂ ਲੱਗਦੀਆਂ ਹਨ, ਹਰ ਸੰਡੇ ਨੂੰ ਹੀ ਆਪਣਾ ਜਿਹੜਾ ਹੈ ਨਸ਼ਾ ਛਡਾਊ ਕੈਂਪ ਲੱਗਦੇ ਹਨ। ਬਾਕੀ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਹਾਂ, ਨਗਰਾਂ ਦੇ ਵਿੱਚ ਜਾਂਦੇ ਹਾਂ, ਅਤੇ ਆਪਣਾ ਜਿਹੜਾ ਸਾਰੇ ਪ੍ਰੋਗਰਾਮ ਸਾਰੇ ਪੂਰੇ ਪੰਜਾਬ ਤੋਂ ਬਾਹਰ ਵੀ ਜਿਹੜਾ ਹੈਗਾ ਇਹ ਪ੍ਰੋਗਰਾਮ ਚੱਲਦੇ ਨੇ। ਹਾਂਜੀ। ਅਤੇ ਅਕਸਰ ਆਪਾਂ ਸੁਣਿਆ ਜਾਂਦਾ ਕਿ ਬਾਬਾ ਕਾਰ ਸੇਵਾ ਵਾਲੇ, ਤੁਸੀਂ ਇਸ ਪਾਸੇ ਨੂੰ ਵੀ ਕਦੀ ਖਿਆਲ ਕੀਤਾ ਕਿ ਕਾਰ ਸੇਵਾ ਦੇ ਵਿੱਚ ਵੀ ਤੁਸੀਂ ਜਾਂਦੇ ਹੋ ਜਾ ਕੇ? ਅਸੀਂ ਬਚਪਨ ਤੋਂ ਆਪਣਾ ਜਿਹੜਾ ਹੈ ਕਾਰ ਸੇਵਾ ਦੇ ਵਿੱਚ ਵੀ ਅਸੀਂ ਕੁਛ ਸਮਾਂ ਰਹੇ, ਅਤੇ ਜਿੰਨੀਆਂ ਪੰਥ ਦੀਆਂ ਜਥੇਬੰਦੀਆਂ ਨੇ ਜਿਵੇਂ ਨਿਹੰਗ ਸਿੰਘ ਹਨ, ਅਤੇ ਅਸੀਂ ਸਾਰਿਆਂ ਦੇ ਨਾਲ ਸਾਡਾ ਪਿਆਰ ਰਿਹਾ, ਕਾਰ ਸੇਵਾ ਦੇ ਵਿੱਚ ਅਸੀਂ ਕੁਛ ਰਹੇ ਹਾਂ, ਅਤੇ ਅਸੀਂ ਜਿਹੜਾ ਹੈ ਜਥੇ ਵੱਲੋਂ ਜਿਹੜਾ ਹੈ ਆਪਣਾ ਗੁਰਦੁਆਰਾ ਸਾਹਿਬ, ਆਪਣਾ ਜੋ ਹੈ ਭਗਤ ਧੰਨਾ ਜੀ ਹੋਏ ਨੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾ ਵਿੱਚ ਦਰਜ ਹੈ, ਅਤੇ ਉਹਨਾਂ ਦੇ ਰਾਜਸਥਾਨ ਸਥਾਨ 'ਤੇ ਜਾ ਕੇ ਅਸੀਂ ਉੱਥੇ ਆਪਣਾ ਜਿਹੜਾ ਹੈਗਾ ਗੁਰਦੁਆਰਾ ਸਾਹਿਬ ਉੱਥੇ ਬਣਾਇਆ, ਜਾਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨਾਰੰਗਵਾਲ ਵਾਲੇ ਹੋਏ ਹਨ, ਅਤੇ ਉਹਨਾਂ ਦਾ ਜਨਮ ਸਥਾਨ ਹੈ ਜਿਹੜਾ, ਉੱਥੇ ਗੁਰਦੁਆਰਾ ਵੀ ਸਥਾਪਨ ਕੀਤਾ ਹੈ।
ਤੇ ਇਸ ਤਰ੍ਹਾਂ ਦੀਆਂ ਸੇਵਾਵਾਂ ਜਿਹੜੀਆਂ ਅਸੀਂ ਕਰਦੇ ਹਾਂ। ਹਾਂਜੀ, ਤੇ ਆਪਾਂ ਜਿੱਦਾਂ ਗੱਲ ਕੀਤੀ ਸੀ ਮੈਂ ਘਰ ਸੇਵਾ ਦੀ, ਇਸ ਕਰਕੇ ਇੱਧਰ ਨੂੰ ਆਏ ਕਿਉਂਕਿ ਆਪਣੇ ਆਪਾਂ ਅਕਸਰ ਅਰਦਾਸ ਵਿੱਚ ਕਹਿੰਦੇ ਕਿ ਜਿਹਨਾਂ ਗੁਰੂ ਧਾਮਾਂ ਤੋਂ ਸਾਨੂੰ ਵਿਛੋੜਿਆ ਗਿਆ ਉਹਨਾਂ ਦੇ ਦਰਸ਼ਨ ਦੀਦਾਰ ਖੁੱਲ੍ਹੇ ਬਖਸ਼ ਨੇ, ਹੈ ਨਾ। ਅਤੇ ਆਪਾਂ ਗੱਲ ਕਰਦੇ ਇਸ ਟਾਈਮ 'ਤੇ ਆਪਾਂ ਗੱਲ ਕਰਦੇ ਹੁੰਦੇ ਹਾਂ ਨਨਕਾਣਾ ਸਾਹਿਬ ਦੀ, ਅਤੇ ਉੱਥੇ ਹੁਣ ਕਾਫੀ ਡਿਵੈਲਪਮੈਂਟ ਹੋ ਗਈ ਆ, ਪਰ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਜਿੱਦਾਂ ਮੈਂ ਵੀ ਅਕਸਰ ਜਾਂਦੀ ਰਹਿੰਦੀ ਕਿ ਕਈ ਗੁਰੂ ਘਰਾਂ ਦੇ ਵਿੱਚ ਕਈ ਵਾਰੀ ਉੱਥੇ ਗਿਆਨੀ ਵੀ ਨਹੀਂ ਹੁੰਦੇ, ਕਿਉਂਕਿ ਤੁਸੀਂ ਹੁਣ ਪੰਜਾਬ ਦੇ ਰਹਿਣ ਵਾਲੇ ਹਾਂ ਅਤੇ ਸਾਡਾ ਇੱਧਰ ਨੂੰ ਕਾਫੀ ਵਾਹ ਪੈਂਦਾ ਆ, ਹੋਰਨਾਂ ਸੰਤਾਂ ਭਗਤਾਂ ਦੇ ਨਾਲ ਵੀ ਤੁਸੀਂ ਮਿਲ ਕੇ ਉੱਥੇ ਘੁੰਮਦੇ ਫਿਰਦੇ ਹੋ। ਅਤੇ ਉਹਦੇ ਨਾਲ ਮੈਂ ਇਹੀ ਸਰ ਪੁੱਛਣਾ, ਸਾਡੇ ਸੰਗਤਾਂ ਦੀਆਂ ਵੀ ਅਕਸਰ ਇਹੀ ਪ੍ਰੋਬਲਮਾਂ ਹੁੰਦੀਆਂ ਸਾਨੂੰ, ਉਹ ਅਕਸਰ ਉਹ ਪੁੱਛਦੇ ਆ ਕਿ ਤੁਸੀਂ ਕਿਉਂ ਨਹੀਂ ਇਸ ਪਾਸੇ ਨੂੰ ਗੱਲ ਕਰਦੇ, ਕਿ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਗੁਰਦੁਆਰੇ ਹੁੰਦੇ ਹਨ ਉਹਨਾਂ ਦੇ ਵਿੱਚ ਕਈ ਵਾਰੀ ਕਈ ਥਾਵਾਂ ਦੇ ਉੱਤੇ ਗਿਆਨੀ ਦਾ ਵੀ ਪ੍ਰਬੰਧ ਨਹੀਂ ਹੁੰਦਾ, ਅਤੇ ਉੱਥੇ ਮਹਾਰਾਜ ਪ੍ਰਕਾਸ਼ ਹੁੰਦੇ ਹਨ, ਅਤੇ ਉਹਨਾਂ ਦੀ ਜਿਹੜੀ ਆਪਾਂ ਅੱਜ ਕੱਲ੍ਹ ਤੁਸੀਂ ਵੀ ਦੇਖਿਆ ਕਿੰਨੀ ਬੇਅਦਬੀ ਹੋ ਰਹੀ ਆ ਪੰਜਾਬ ਦੇ ਵਿੱਚ, ਉਹਦੇ ਬਾਰੇ ਤੁਹਾਡਾ ਕੀ ਖਿਆਲ ਸੀਗਾ? ਇਹ ਤੁਸੀਂ ਬਹੁਤ ਸੋਹਣਾ ਕਿਹਾ, ਬਾਕੀ ਜੋ ਜਿੱਥੇ ਜਾਏ ਵਾ ਹੈ ਮੇਰਾ ਸਤਿਗੁਰੂ ਸੁਥਾਮ ਸੁਹਾਵ ਰਾਮ ਰਾਜ, ਜਿੱਥੇ ਗੁਰੂਆਂ ਨੇ ਚਰਨ ਪਾਏ ਉਹ ਉੱਥੇ ਗੁਰਦੁਆਰੇ ਸਤੋਭਤ ਨੇ, ਅਤੇ ਬਹੁਤ ਸਾਰੇ ਗੁਰਦੁਆਰਾ ਸਾਹਿਬ ਅਜੇ ਵੀ ਸੇਵਾ ਆਪਣਾ ਹੋਣ ਵਾਲੇ ਨੇ। ਅਤੇ ਬਾਕੀ ਜਿਹੜੇ ਪਿੰਡਾਂ ਦੇ ਵਿੱਚ ਆਪਣਾ ਗੁਰਦੁਆਰੇ ਸੰਗਤ ਨੇ ਆਪਣੇ ਵੱਲੋਂ ਬਣਾਏ ਹੋਏ ਨੇ, ਅਤੇ ਇਹ ਠੀਕ ਆ। ਅਸੀਂ ਜਿਹੜਾ ਕਰ ਰਹੇ ਹਾਂ, ਅਸੀਂ ਬਾਬਾ ਬੋਢਾ ਜੀ ਗ੍ਰੰਥੀ ਸਭਾ ਬਣਾ ਕੇ ਅੱਜ ਤੋਂ ਕਾਫੀ ਸਮਾਂ ਪਹਿਲਾਂ, ਅਤੇ ਉਹਨਾਂ ਦੇ ਅਸੀਂ ਆਪਣਾ ਮੀਟਿੰਗ ਵਗੈਰਾ ਕਰਦੇ ਹਾਂ, ਉਹਨਾਂ ਨੂੰ ਅਸੀਂ ਪਾਠੀ ਸਿੰਘਾਂ ਨੂੰ ਗ੍ਰੰਥੀ ਸਿੰਘਾਂ ਨੂੰ ਆਪਣਾ ਸੱਦਦੇ ਹਾਂ, ਉਹਨਾਂ ਦੀਆਂ ਪ੍ਰੋਬਲਮਾਂ ਵਾਸਤੇ ਵੀ ਜਿਹੜੀਆਂ ਆਪਣੇ ਡਿਸਕਸ਼ਨਸ ਕਰਦੇ ਹਾਂ। ਅਤੇ ਅਸੀਂ ਬਾਕੀ ਇਹ ਹੋਣਾ ਚਾਹੀਦਾ, ਕੋਸ਼ਿਸ਼ ਵੀ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਤਿਕਾਰ ਵਾਸਤੇ ਆਪਣਾ ਜਿਹੜੀਆਂ ਕਮੇਟੀਆਂ ਹਨ ਗੁਰਦੁਆਰੇ ਦੇ ਪ੍ਰਧਾਨ ਹਨ ਜਾਂ ਸੰਗਤਾਂ ਖੁਦ ਹੀ ਆਪਣਾ ਉਪਰਾਲੇ ਕਰਨ, ਅਤੇ ਗ੍ਰੰਥੀ ਸਿੰਘ ਪਾਠੀ ਸਿੰਘ ਆਪਣਾ ਸਿਆਣੇ ਹੋਣ, ਪੜ੍ਹੇ ਲਿਖੇ ਹੋਣ, ਅਤੇ ਆਪਣਾ ਉਹ ਜਿਹੜਾ ਹੈ ਲੋਕਾਂ ਦੇ ਵਿੱਚ ਅਤੇ ਬੱਚਿਆਂ ਨੂੰ ਆਪਣਾ ਜਿਹੜਾ ਪ੍ਰੇਰਿਤ ਕਰ ਸਕਣ, ਅਸੀਂ ਆਪਣੇ ਵੱਲੋਂ ਇਹ ਕੋਸ਼ਿਸ਼ ਕਰਦੇ ਹਾਂ। ਬਾਬਾ ਬੋਢਾ ਜੀ ਗ੍ਰੰਥੀ ਸਭਾ ਅਸੀਂ ਬਣਾ ਕੇ ਅੱਜ ਤੋਂ ਆਪਣਾ ਤਕਰੀਬਨ 25 ਸਾਲ ਹੀ ਹੋ ਗਏ ਹੋਣਗੇ, ਅਤੇ ਅਸੀਂ ਇਹ ਮੀਟਿੰਗਾਂ ਵਗੈਰਾ ਕਰਦੇ ਰਹਿੰਦੇ ਹਾਂ, ਜਿਹਦੇ ਵਿੱਚ 200-200 ਗ੍ਰੰਥੀ ਸਿੰਘ, 250-250 ਗ੍ਰੰਥੀ ਸਿੰਘ ਇਲਾਕਿਆਂ ਦੇ ਸਾਰਿਆਂ ਨੂੰ ਅਸੀਂ ਬੇਨਤੀਆਂ ਕਰਦੇ ਹਾਂ ਉਹਨਾਂ ਨੂੰ, ਅਤੇ ਅਸੀਂ ਕੋਸ਼ਿਸ਼ਾਂ ਕਰਦੇ ਹਾਂ। ਅਤੇ ਬਾਕੀ ਜੋ ਜਿੱਥੇ ਗੁਰੂ ਮਹਾਰਾਜ ਜੀ ਨੇ ਚਰਨ ਪਾਏ ਨੇ, ਅਤੇ ਉਹ ਗੁਰਦੁਆਰਾ ਸਾਹਿਬ ਸਾਡੇ ਵਾਸਤੇ ਬਹੁਤ ਹੀ ਸਤਿਕਾਰਯੋਗ ਹਨ, ਅਤੇ ਸਾਨੂੰ ਸਤਿਕਾਰ ਕਰਨਾ ਚਾਹੀਦਾ। ਅਸੀਂ ਪ੍ਰਚਾਰ ਦੇ ਵਿੱਚ ਵੀ ਇਹ ਆਪਣਾ ਜਿਹੜਾ ਕਰਦੇ ਹਾਂ ਵੀ ਸਾਡੇ ਵਾਸਤੇ ਉਹ ਸਤਿਕਾਰਯੋਗ ਹਨ, ਉੱਥੇ ਸਾਨੂੰ ਬਹੁਤ ਵੱਡੀ ਜਿਹੜੀ ਪ੍ਰੇਰਨਾ ਮਿਲਦੀ ਹੈ, ਅਤੇ ਸਿੱਖ ਧਰਮ ਵਾਸਤੇ ਸਭ ਨਾਲੋਂ ਵੱਡਾ ਜਿਹੜਾ ਹੈ ਜਿਵੇਂ ਪ੍ਰੂਫ ਨੇ, ਸਬੂਤ ਨੇ, ਜੋ ਇਤਿਹਾਸ ਹੈ ਵੀ ਕਿੱਥੇ ਕੀ ਘਟਨਾ ਵਾਪਰੀ, ਕਿੱਥੇ ਕੀ ਘਟਨਾ ਵਾਪਰੀ, ਸਾਡੇ ਵਾਸਤੇ ਉਹ ਬਹੁਤ ਜ਼ਿਆਦਾ ਸਤਿਕਾਰਯੋਗ ਹਨ। ਇਸ ਕਰਕੇ ਅਰਦਾਸ ਦੇ ਵਿੱਚ ਵੀ ਖਾਲਸਾ ਇਹ ਕਹਿੰਦਾ ਵੀ ਜਿਹਨਾਂ ਗੁਰਧਾਮਾਂ ਤੋਂ ਪੰਥ ਨੂੰ ਵਿਛੋੜਿਆ ਹੈਗਾ, ਜਿਹਨਾਂ ਦੀ ਕਮਾਈ ਦਾ ਧਿਆਨ ਆਪਣਾ ਜਿਹੜਾ ਹੈਗਾ ਉਹਨਾਂ ਨੂੰ ਸੇਵਾ ਸਿਮਰਨ ਜਿਹੜਾ ਹੈ ਆਪਣਾ ਬਖਸ਼ਿਸ਼ ਕਰੋ, ਅਤੇ ਇਸ ਦਾ ਅਰਦਾਸ ਦਾ ਇਹ ਫਲ ਵੀ ਹੈ ਆਪਣਾ ਜਿਵੇਂ ਪਾਕਿਸਤਾਨ ਵੀ ਆਪਣਾ ਜਿਹੜੀਆਂ ਸੰਗਤਾਂ ਜਾਂਦੀਆਂ ਹਨ ਅਤੇ ਬਹੁਤ ਸਾਰੀ ਸੇਵਾਵਾਂ ਜਿਹੜੀਆਂ ਆਪ ਖੁਦ ਕਰਦੀਆਂ ਹਨ, ਅਤੇ ਇਸੇ ਤਰ੍ਹਾਂ ਇਹਨਾਂ ਦੇਸ਼ਾਂ ਦੇ ਵਿੱਚ ਵੀ ਆਪਣਾ ਬਹੁਤ ਮਿਹਨਤਾਂ ਕਰਕੇ ਆਪਣਾ ਅਸੀਂ ਰਾਤ ਵੀ ਦੀਵਾਨ 'ਚ ਬੋਲੇ ਸੀ, ਸਾਡੇ ਬਜ਼ੁਰਗਾਂ ਨੇ ਇੱਧਰ ਆ ਕੇ ਆਪਣੀ ਦਸਾਂ ਨੌਂ ਦੀ ਕਿਰਤ ਦੇ ਵਿੱਚੋਂ ਆਪਣਾ ਕੱਢ ਕੇ ਅਤੇ ਕਿੰਨੇ ਗੁਰਦੁਆਰਾ ਸਥਾਪਿਤ ਕੀਤੇ ਜਿੱਥੇ ਅਸੀਂ ਅੱਜ ਬੈਠ ਕੇ ਸਤਸੰਗ ਕਰਦੇ ਹਾਂ, ਅਤੇ ਇਸ ਕਰਕੇ ਸਾਨੂੰ ਉਹਨਾਂ ਦਾ ਸਤਿਕਾਰ ਰੱਖਣਾ ਚਾਹੀਦਾ, ਅਤੇ ਮਰਿਆਦਾ ਜਿਹੜੀ ਹੈ ਵੀ ਸੰਪੂਰਨ ਰੱਖਣੀ ਚਾਹੀਦੀ ਹੈ। ਅਤੇ ਉੱਥੇ ਆਪਣਾ ਜਿਹੜਾ ਗ੍ਰੰਥੀ ਸਿੰਘਾਂ ਨੂੰ, ਪਾਠੀ ਸਿੰਘਾਂ ਨੂੰ ਆਪਣਾ ਸੰਗਤਾਂ ਨੂੰ ਸਹਿਯੋਗ ਕਰਨਾ ਚਾਹੀਦਾ, ਜਿਸ ਦੇ ਨਾਲ ਕਿਤੇ ਵੀ ਦੁਨੀਆਂ ਦੇ ਵਿੱਚ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਨਾ ਹੋ ਸਕੇ, ਅਤੇ ਸੰਗਤਾਂ ਜਿਹੜੀਆਂ ਹਨ ਗੁਰੂ ਦੇ ਨਾਲ ਗੁਰਬਾਣੀ ਦੇ ਨਾਲ ਜੁੜ ਸਕਣ, ਬੱਚਿਆਂ ਨੂੰ ਅੱਗੇ ਜਿਹੜੀ ਹੈ ਚੰਗੀ ਸਿਹਤ ਪ੍ਰਾਪਤ ਹੋ ਸਕੇ, ਨੌਜਵਾਨਾਂ ਨੂੰ ਉੱਥੋਂ ਜਿਹੜਾ ਹੈ ਜੋ ਗੁਰੂ ਘਰ ਦੀ ਜੋ ਸੱਚਾ ਗਿਆਨ ਹੈ ਇਹ ਪ੍ਰਾਪਤ ਹੋ ਸਕੇ, ਅਤੇ ਸੰਸਾਰ ਦੇ ਵਿੱਚ ਸ਼ਾਂਤੀ ਸਥਾਪਿਤ ਹੋ ਸਕੇ। ਹਾਂਜੀ, ਵੈਸੇ ਜਿੱਦਾਂ ਤੁਸੀਂ ਹੁਣ ਗੱਲ ਕੀਤੀ ਮਰਿਆਦਾ ਦੀ, ਅਤੇ ਮਰਿਆਦਾ ਦਾ ਭਾਵ ਕਿ ਅੱਜ ਕੱਲ੍ਹ ਤੁਸੀਂ ਦੇਖ ਲਓ ਕਿ ਅਸੀਂ ਜਦੋਂ ਪਹਿਲਾਂ ਸੁਣਦੇ ਹੁੰਦੇ ਸੀ ਕਿ ਮਰਿਆਦਾ ਜੋ ਅਕਾਲ ਤਖ਼ਤ ਦੀ ਮਰਿਆਦਾ ਸਾਨੂੰ ਉਹਦੇ 'ਤੇ ਹੀ ਚੱਲਣਾ ਚਾਹੀਦਾ, ਉੱਤੇ ਪਹਿਰਾ ਦੇਣਾ ਚਾਹੀਦਾ, ਪਰ ਅੱਜ ਕੱਲ੍ਹ ਜਿੰਨੀਆਂ ਸੰਸਥਾ ਬਣ ਰਹੀਆਂ ਸਾਰਿਆਂ ਦੀਆਂ ਮਰਿਆਦਾ ਸੈਪਰੇਟ ਹੋ ਰਹੀਆਂ, ਅਤੇ ਇਹਦੇ ਬਾਰੇ ਤੁਸੀਂ ਕਿੱਦਾਂ ਤੁਹਾਡਾ ਖਿਆਲ ਆ? ਨਹੀਂ ਦੇਖੋ, ਮਰਿਆਦਾ ਤਾਂ ਇੱਕ ਹੈ, ਗੁਰਬਾਣੀ ਇੱਕ ਹੈ, ਉਹਦੇ ਵਾਸਤੇ ਰਹਿਤਨਾਮੇ ਆਪਣੇ ਸਿੱਖਾਂ ਦੇ ਉਚਾਰਨ ਕੀਤੇ ਹੋਏ ਹਨ, ਭਾਈ ਗੁਰਦਾਸ ਜੀਆਂ ਦੀ ਬਾਣੀ ਹੈ ਅਤੇ ਭਾਈ ਨੰਦ ਲਾਲ ਜੀਆਂ ਦੀ ਬਾਣੀ ਹੈ, ਅਤੇ ਆਪਣਾ ਜਿਹੜੇ ਹਨ ਗੁਰਬਾਣੀ ਇੱਕ ਹੈ, ਅਰਦਾਸ ਇੱਕ ਹੈ, ਅਤੇ ਸਿੱਖ ਵੀ ਇੱਕ ਹੋਣੇ ਚਾਹੀਦੇ ਹਨ। ਚਲੋ ਠੀਕ ਹੈ, ਥੋੜ੍ਹਾ ਥੋੜ੍ਹਾ ਫਰਕ, ਕੋਈ ਆਪਣਾ ਵੱਧ ਰੱਖਦਾ, ਕੋਈ ਘੱਟ ਰੱਖਦਾ, ਕੋਈ ਬਾਣੀ ਦਾ ਵੱਧ ਰੱਖਦਾ, ਕੋਈ ਸ਼ਸਤਰਾਂ ਦਾ ਵੱਧ ਰੱਖਦਾ ਹੈ, ਵੱਧ ਕੀਰਤਨ ਭਜਨ ਪਾਠ ਕਰਦਾ, ਇਹ ਚੰਗੀ ਗੱਲ ਹੁੰਦੀ ਹੈ। ਇਸ ਕਰਕੇ ਇਹਦੇ ਵਿੱਚ ਸਾਨੂੰ ਨਹੀਂ ਕੋਈ ਲੱਗਦਾ ਕੋਈ ਜ਼ਿਆਦਾ ਕੋਈ ਫਰਕ ਹੈਗਾ, ਜੇ ਕਿਤੇ ਇਸ ਤਰ੍ਹਾਂ ਦੀ ਗੱਲ ਹੋਣੀ ਚਾਹੀਦੀ ਉਸ ਨੂੰ ਆਪਣਾ ਜਿਹੜਾ ਨਹੀਂ ਹੋਣਾ ਚਾਹੀਦਾ, ਅਤੇ ਉਸ ਨੂੰ ਸਹੀ ਕਰਨਾ ਚਾਹੀਦਾ, ਅਤੇ ਮਰਿਆਦਾ ਨੂੰ ਤੋੜਨ ਦਾ, ਸਿਧਾਂਤਾਂ ਨੂੰ, ਪਰੰਪਰਾਵਾਂ ਨੂੰ ਤੋੜਨ ਦਾ ਕਿਸੇ ਨੂੰ ਕੋਈ ਹੱਕ ਨਹੀਂ। ਅਸੀਂ ਇਹ ਬੇਨਤੀਆਂ ਵੀ ਕਰਦੇ ਹਾਂ ਸੰਗਤਾਂ ਦੇ ਵਿੱਚ, ਜੋ ਗੁਰੂ ਸਾਹਿਬ ਨੇ ਸਾਡੇ ਵਾਸਤੇ ਪਰੰਪਰਾਵਾਂ ਸਿਧਾਂਤ ਜਿਹੜੇ ਹਨ ਬੰਨੇ ਨੇ ਸਾਡੇ ਭਲੇ ਵਾਸਤੇ,
ਵਾਸਤੇ ਦੁਨੀਆ ਦੇ ਭੱਲੇ ਵਾਸਤੇ ਹਨ ਅਤੇ ਅਸੀਂ ਗੁਰੂ ਤੋਂ ਸਿਆਣੇ ਨਹੀਂ ਹੋ ਸਕਦੇ। ਇਸ ਕਰਕੇ ਸਾਨੂੰ ਉਹਨਾਂ ਪਰੰਪਰਾਵਾਂ ਦਾ ਪਾਲਣ ਕਰਨਾ ਚਾਹੀਦਾ ਜੋ ਸਿਧਾਂਤ ਸਾਨੂੰ ਗੁਰੂ ਸਾਹਿਬ ਜੀ ਨੇ ਅਤੇ ਸਾਡੇ ਬਜ਼ੁਰਗਾਂ ਨੇ ਆਪਣਾ ਸ਼ਹੀਦਾਂ ਨੇ ਕੁਰਬਾਨੀਆਂ ਕਰ ਕਰਕੇ ਜਿਹੜਾ ਇਹ ਬਖਸ਼ਿਸ਼ ਕੀਤੀ ਹੈ ਅਤੇ ਸਾਨੂੰ ਉਹਨਾਂ ਸਿਧਾਂਤਾਂ ਦੀ ਪਾਲਣਾ ਕਰਨੀ ਚਾਹੀਦੀ। ਹਾਂਜੀ, ਅਤੇ ਜਿੱਦਾਂ ਹੁਣ ਆਪਾਂ ਗੱਲ ਕਰਦੇ ਸੀਗੇ ਕਿ ਤੁਸੀਂ ਕਿਹਾ ਕਿ ਸੰਤ ਮੰਡਲੀ ਜਾਂ ਸਾਧੂ ਮੰਡਲੀ, ਜਿੱਦਾਂ ਆਪ ਤੁਸੀਂ ਇੱਕ ਗਰੁੱਪ ਬਣੇ ਜਿੱਦਾਂ ਬਣੇ ਹੋਏ ਆ, ਸਾਰੇ ਜਥੇ ਜਾਂ ਸੰਸਥਾ ਬਣੀਆਂ ਹੋਈਆਂ ਆ, ਅਤੇ ਉਹਦੇ ਵਿੱਚ ਮੇਰਾ ਕਹਿਣ ਦਾ ਮਤਲਬ ਸੀ ਕਿ ਉਹਦੇ ਵਿੱਚ ਵੀ ਕਈ ਵਾਰੀ ਤਰੇੜਾਂ ਨਹੀਂ ਆਈਆਂ ਸਾਡੇ ਜਿਹੜੀ ਸਿੱਖੀ ਨੂੰ ਆ, ਉਹ ਖਿੱਚੋ ਧੂਈ ਪੈ ਰਹੀ ਆ, ਉਹ ਕਹਿੰਦੇ ਨਹੀਂ ਜੀ ਤੁਸੀਂ ਗੋਲ ਪੱਗਾਂ ਬੰਨਣੀਆਂ ਨੇ ਜੀ, ਤੁਸੀਂ ਨੀਲੀਆਂ ਪੱਗਾਂ ਬੰਨਣੀਆਂ, ਤੁਸੀਂ ਜਿੱਦਾਂ ਇੱਦਾਂ ਕਈ ਤਰ੍ਹਾਂ ਕਰਕੇ ਸਾਡੀ ਜਿਹੜੀ ਸਿੱਖੀ ਨੂੰ ਗੁੰਮਰਾਹ ਕੀਤਾ ਜਾ ਰਿਹਾ ਆ ਨਾ। ਨਹੀਂ ਦੇਖੋ, ਆਪਣਾ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਹੜੀਆਂ ਆਪਣਾ ਬਹੁਤ ਸਦੀਆਂ ਤੋਂ ਚੱਲੀਆਂ ਹੁੰਦੀਆਂ ਹਨ, ਗੁਰੂ ਸਾਹਿਬ ਦੇ ਸਮੇਂ ਤੋਂ ਚੱਲੀ ਆ ਰਹੇ ਨੇ, ਬਹੁਤ ਸਾਰੀਆਂ ਸੰਸਥਾਵਾਂ ਹੁਣ ਨਵੇਂ ਜਿਹੜੇ ਹਨ ਆਪਣਾ ਸੇਵਾਵਾਂ ਕਰ ਰਹੀਆਂ ਹਨ, ਅਤੇ ਇਸ ਕਰਕੇ ਬਾਕੀ ਇਹਦੇ ਵਿੱਚ ਕੋਈ ਆਪਣਾ ਨਹੀਂ ਹੋਣਾ ਚਾਹੀਦਾ ਹੈਗਾ, ਕਿਉਂਕਿ ਗੁਰਬਾਣੀ ਇੱਕ ਹੈ ਅਤੇ ਕੋਈ ਗੋਲ ਦਸਤਾਰ ਬੰਨ ਲੈਂਦਾ, ਕੋਈ ਦਮਾਲਾ ਬੰਨ ਲੈਂਦਾ ਹੈ, ਜਿਸ ਤਰ੍ਹਾਂ ਦੀ ਕਿਸੇ ਦੀ ਆਪਣਾ ਇੱਛਾ ਹੁੰਦੀ ਹੈ। ਇਸ ਕਰਕੇ ਇਹਨਾਂ ਗੱਲਾਂ ਦੇ ਉੱਤੇ ਵੰਡੀਆਂ ਨਹੀਂ ਹੋਣੀਆਂ ਚਾਹੀਦਾ, ਸਿੱਖਾਂ ਨੂੰ ਸਿੱਖ ਦੇ ਨਾਲ ਪਿਆਰ ਹੋਣਾ ਚਾਹੀਦਾ। ਅਸੀਂ ਜਿਹੜਾ ਹੈ ਪਿਛਲੇ ਕਈ ਮਹੀਨਿਆਂ ਦੇ ਤੋਂ ਆਪਣਾ ਸਿੱਖਾਂ ਦੇ ਵਿੱਚ ਸੰਸਥਾਵਾਂ ਦੇ ਵਿੱਚ ਆਪਣਾ ਜਿਹੜਾ ਹੈ ਬੇਨਤੀਆਂ ਕਰ ਰਹੇ ਹਾਂ ਅਤੇ ਪੰਜੇ ਤਖ਼ਤ ਸਾਹਿਬਾਨਾਂ ਦੇ ਉੱਤੇ ਜਾ ਕੇ ਸਾਰੇ ਪ੍ਰਚਾਰਕਾਂ ਨੂੰ ਲਾਇਆ ਕਰਕੇ ਅਤੇ ਆਪ ਵੀ ਖੁਦ ਜਾ ਕੇ ਇੱਕ ਨਿਮਾਣੇ ਸਿੱਖਾਂ ਦੇ ਵਜੋਂ ਉਹ ਕਰਕੇ ਅਖੰਡ ਪਾਠ ਸਾਹਿਬ ਕਰਾ ਕੇ ਅਸੀਂ ਬੇਨਤੀਆਂ ਕੀਤੀਆਂ ਨੇ, ਅਤੇ ਉੱਥੇ ਵੀ ਆਪਣਾ ਵੱਡੇ ਵੱਡੇ ਸਮਾਗਮ ਵੀ ਕਰ ਰਹੇ ਹਾਂ ਪੰਥਕ ਏਕਤਾ ਦੇ ਵਿੱਚ ਵੀ ਅਸੀਂ ਆਓ, ਜੇ ਕੋਈ ਸਾਡੇ ਵਿੱਚ ਕੋਈ ਫਰਕ ਪੈ ਗਏ ਹਨ ਜਾਂ ਸਾਡੇ ਵਿੱਚ ਉਣਤਾਈਆਂ ਆ ਗਈਆਂ ਹਨ ਕਿਸੇ ਵੀ ਸੰਸਥਾਵਾਂ ਦੀ ਸਿੱਖਾਂ ਕਿਸੇ ਵਿੱਚ, ਉਹ ਅਸੀਂ ਬੈਠ ਕੇ ਅਸੀਂ ਹੱਲ ਕਰ ਸਕਦੇ ਹਾਂ, ਉਹਨਾਂ ਦੇ ਵਿਚਾਰ ਕਰ ਸਕਦੇ ਹਾਂ, ਵਿਚਾਰਾਂ ਕਰਕੇ ਅਸੀਂ ਕੱਢ ਸਕਦੇ ਹਾਂ, ਅਤੇ ਨੇਰੇ ਅਖਬਾਰਾਂ ਦੇ ਵਿੱਚ ਬਿਆਨਾਂ ਲਾਉਣ ਦੇ ਨਾਲ ਜਿਹੜਾ ਨਹੀਂ ਗੱਲ ਬਣਨੀ, ਜਿਹਦੇ ਨਾਲ ਜਿਹੜਾ ਅਸੀਂ ਬੈਠਦੇ ਨਹੀਂ ਹੈਗੇ, ਬੈਠ ਕੇ ਵਿਚਾਰ ਨਹੀਂ ਕਰਦੇ, ਜੇ ਅਸੀਂ ਸੱਚੇ ਦਿਲੋਂ ਜਿਹੜਾ ਹੈਗਾ ਆਪਣਾ ਸਿੱਖੀ ਦਾ ਜਾਂ ਧਰਮ ਦਾ ਦੁਨੀਆ ਦਾ ਸੰਸਾਰ ਦਾ ਸੋਚਦੇ ਹਾਂ, ਤਾਂ ਫਿਰ ਸਾਨੂੰ ਬੈਠ ਕੇ ਜਿਹੜੀਆਂ ਹਨ ਉਹ ਕਮੀਆਂ ਨੂੰ ਕੱਢਣਾ ਚਾਹੀਦਾ। ਇਸ ਕਰਕੇ ਅਸੀਂ ਇਹ ਜਿਹੜੀਆਂ ਲੈ ਕੇ ਇਸ ਨੂੰ ਚੱਲੇ ਹਾਂ ਅਤੇ ਬੇਨਤੀਆਂ ਕਰ ਰਹੇ ਹਾਂ ਵੀ ਸਿੱਖ ਜਿਹੜਾ ਹੈ ਕਦੇ ਵੀ ਆਪਣਾ ਸਿੱਖ ਤਾਂ ਸਰਬੱਤ ਦਾ ਭਲਾ ਸੋਚਦਾ ਹੈ, ਸਿੱਖ ਆਪਣਾ ਕਿਸੇ ਦਾ ਸਿੱਖ ਦਾ ਬੁਰਾ ਨਾ ਕਰੇ, ਸਿੱਖ ਦੀ ਨਿੰਦਾ ਨਾ ਕਰੇ, ਅਤੇ ਸਿੱਖ ਦੇ ਨਾਲ ਪਿਆਰ ਕਰੇ, ਇਹਦੇ ਵਿੱਚ ਹੀ ਆਪਣਾ ਜਿਹੜਾ ਹੈ ਪੰਥ ਖਾਲਸੇ ਦੀ ਚੜ੍ਹਦੀ ਕਲਾ ਹੈ। ਇਸ ਵਾਸਤੇ ਅਸੀਂ ਕਾਫੀ ਮਹੀਨਿਆਂ ਦੇ ਉੱਤੋਂ ਲੱਗੇ ਹੋਏ ਹਾਂ ਅਤੇ ਇਹਦੇ ਵਿੱਚ ਕਾਫੀ ਆਪਣਾ ਇਸ ਦਾ ਫਾਇਦਾ ਵੀ ਹੋਇਆ, ਵੱਡੇ ਪ੍ਰੋਗਰਾਮ ਹੋਏ ਹਨ ਅਤੇ ਅੱਗੇ ਵੀ ਅਸੀਂ ਇਸ 'ਤੇ ਆਪਣਾ ਕੋਸ਼ਿਸ਼ ਕਰਾਂਗੇ। ਵੈਸੇ ਤਾਂ ਅਸੀਂ ਲੰਬੇ ਸਮੇਂ ਤੋਂ ਜਦੋਂ ਤੋਂ ਵੀ ਆਪਣਾ ਗੁਰੂ ਮਹਾਰਾਜ ਜੀ ਸੇਵਾ ਲੈ ਰਹੇ ਹਾਂ, ਉਦੋਂ ਤੋਂ ਅਸੀਂ ਇਹ ਜਿਹੜਾ ਹੈਗਾ ਬੇਨਤੀਆਂ ਕਰਦੇ ਹਾਂ ਵੀ ਅਸੀਂ ਸਾਰੇ ਇੱਕ ਹਾਂ, ਸਾਰੀਆਂ ਸੰਸਥਾਵਾਂ ਆਪਣੀ ਆਪਣੀ ਜਗ੍ਹਾ ਸਤਿਕਾਰਯੋਗ ਨੇ ਅਤੇ ਸਿੱਖੀ ਵਾਸਤੇ ਜਾਂ ਦੁਨੀਆ ਵਾਸਤੇ ਅੱਛੇ ਕੰਮ ਕਰਦੇ ਨੇ, ਹਰ ਸਿੱਖ ਹੀ ਕਰਦਾ ਹੈ, ਅਤੇ ਉਸ ਵਾਸਤੇ ਜਥੇਬੰਦਕ ਢਾਂਚੇ ਦੀ ਲੋੜ ਹੁੰਦੀ ਹੈ, ਜਥੇਬੰਦਕ ਢਾਂਚਾ ਹੋ ਕਰਕੇ ਜਿਹੜੀਆਂ ਸੰਸਥਾਵਾਂ ਸੇਵਾ ਕਰ ਰਹੀਆਂ ਨੇ, ਅਤੇ ਸਾਨੂੰ ਆਪਸੀ ਆਪਣਾ ਉਹਦੇ ਵਿੱਚੋਂ ਕੰਟਰੋਵਰਸੀ ਤੋਂ ਬਚ ਕੇ ਜਿਹੜਾ ਹੈਗਾ ਸਰਬੱਤ ਦੇ ਭਲੇ ਦੇ ਵਾਸਤੇ ਅਤੇ ਸਿੱਖੀ ਦੀ ਚੜ੍ਹਦੀ ਕਲਾ ਵਾਸਤੇ ਸਾਨੂੰ ਇਹ ਕਾਰਜ ਕਰਨੇ ਚਾਹੀਦੇ ਹਨ। ਬਿਲਕੁਲ ਜੀ, ਤੁਹਾਡੇ ਨਾਲ ਬਹੁਤ ਵਧੀਆ ਲੱਗਾ ਇਹ ਵਿਚਾਰ ਸੁਣ ਕੇ ਕਿ ਤੁਸੀਂ ਸਿੱਖ ਦੀ ਏਕਤਾ ਵਾਸਤੇ, ਸਿੱਖੀ ਦੀ ਏਕਤਾ ਵਾਸਤੇ ਤੁਸੀਂ ਇਹ ਕਾਰਜ ਕਰ ਰਹੇ ਹੋ, ਅਤੇ ਸਪੈਸ਼ਲੀ ਜਿੱਦਾਂ ਤੁਸੀਂ ਕਿਹਾ ਕਿ ਤਖ਼ਤ ਸਾਹਿਬ 'ਤੇ ਜਾ ਕੇ ਤੁਸੀਂ ਖੁਦ ਅਖੰਡ ਪਾਠ ਸਾਹਿਬ ਕਰਾਏ ਅਤੇ ਅਰਦਾਸਾਂ ਬੇਨਤੀ ਕੀਤੀਆਂ, ਇਹੋ ਜਿਹੇ ਕਹਿੰਦੇ ਸੇਵਾ ਕਰਨ ਵਾਲੇ ਬਹੁਤ ਘੱਟ ਹੁੰਦੇ ਹਨ, ਸਾਰੇ ਅੱਜ ਕੱਲ੍ਹ ਆਪਣਾ ਨਾਂ ਬਣਾਉਣ ਵਾਸਤੇ ਹੀ ਲੱਗੇ ਹੋਏ ਹਨ, ਅਤੇ ਸੇਵਾ ਉਹੀ ਹੈ ਜਿਹੜੀ ਸਰਬੱਤ ਦੇ ਭਲੇ ਵਾਸਤੇ। ਬਿਲਕੁਲ, ਸਾਡੇ ਗੁਰੂਆਂ ਨੇ ਸਾਨੂੰ ਇਹੀ ਸਿਖਾਇਆ ਕਿ ਸਰਬੱਤ ਦਾ ਭਲਾ ਅਤੇ ਰਲ ਮਿਲ ਕੇ ਰਹਿਣਾ ਅਤੇ ਸਿੱਖੀ ਨੂੰ ਅੱਗੇ ਲੈ ਕੇ ਜਾਣਾ। ਅਤੇ ਹੋਰ ਤੁਸੀਂ ਦੱਸੋ ਕਿ ਤੁਸੀਂ ਹੋਰ ਕਿਹੜੀਆਂ ਸੇਵਾਵਾਂ, ਜਾਂ ਤੁਸੀਂ ਆਪਣੇ ਵੱਲੋਂ ਕੋਈ ਸਾਡੇ ਸਾਨੂੰ ਕੋਈ ਸੰਦੇਸ਼ ਸਾਡੇ ਸੰਗਤਾਂ ਨੂੰ? ਅਸੀਂ ਜਿਹੜਾ ਹੈ ਨਗਰਾਂ ਦੇ ਵਿੱਚ ਜਾ ਕੇ, ਪਿੰਡਾਂ ਦੇ ਵਿੱਚ ਜਾ ਕੇ ਜੋ ਆਪਣਾ ਗਰੀਬ ਲੋਕ ਨੇ ਜਾਂ ਆਪਣਾ ਟੁੱਟੇ ਹੋਏ ਨੇ ਹਨ, ਗੁਰਮਤ ਤੋਂ ਬਾਹਰ ਨੇ ਜਾਂ ਫਿਰ ਰਾਹ ਤੋਂ ਭਟਕ ਚੁੱਕੇ ਨੇ, ਅਤੇ ਜਾਂ ਫਿਰ ਹੋਰ ਕਿਸੇ ਮਗਰ ਲੱਗੇ ਹੋਏ ਨੇ, ਕੱਚੇ ਗੁਰੂਆਂ ਦੇ ਮਗਰ ਲੱਗੇ ਹੋਏ ਨੇ ਜਾਂ ਕੁਰਾਹੇ ਪਏ ਹੋਏ ਨੇ, ਬਾਣੀ ਤੋਂ ਪਰੇ ਨੇ, ਅਸੀਂ ਉਹਨਾਂ ਨੂੰ ਜਾ ਕੇ ਬੇਨਤੀਆਂ ਕਰ ਰਹੇ ਹਾਂ, ਘਰ ਘਰ ਵਿੱਚ ਜਾ ਕੇ ਬੇਨਤੀਆਂ ਕਰਦੇ ਹਾਂ, ਨਗਰਾਂ ਵਿੱਚ ਸਮਾਗਮ ਕਰਕੇ ਆਪਣਾ ਲੰਬੇ ਸਮੇਂ ਤੋਂ ਅਸੀਂ ਜਿਹੜੀਆਂ ਕੋਸ਼ਿਸ਼ਾਂ ਕਰ ਰਹੇ ਹਾਂ, ਅਤੇ ਇਸ ਕਰਕੇ ਮੀਡੀਆ ਜੋ ਹੈ ਇਹ ਤਾਂ ਹੁਣ ਬਹੁਤ ਵੱਡੀ ਪਾਵਰ ਰੱਖਦਾ ਹੈ, ਅਤੇ ਜੇ ਉੱਥੋਂ ਆਪਣਾ ਸਹੀ ਸੇਧ ਇਹ ਮਿਲਦੀ ਹੈ ਸਿੱਖੀ ਦੇ ਪ੍ਰਚਾਰ ਦੀ, ਕਿਉਂਕਿ ਇਹ ਆਪਣਾ ਜਿਹੜਾ ਹੈ ਮਿੰਟਾਂ ਦੇ ਵਿੱਚ ਗੱਲਬਾਤ ਜਾਂਦੀ ਹੈ, ਅਤੇ ਇਹਦੇ ਨਾਲ ਜਿਹੜਾ ਹੈਗਾ ਆਪਣਾ ਜੋੜਨ ਵਾਲਾ ਜੋ ਹੈ ਪ੍ਰਚਾਰ ਹੋਵੇ ਅਤੇ ਆਪਣਾ ਜੋੜਨ ਵਾਲਾ, ਪਿਆਰ ਵਾਲਾ, ਸਰਬੱਤ ਦੇ ਭਰੇ ਵਾਲਾ, ਸ਼ਾਂਤੀ ਵਾਲਾ, ਤਾਂ ਆਪਣਾ ਜਿਹੜਾ ਬਹੁਤ ਜਿਹੜਾ ਫਰਕ ਪੈ ਸਕਦਾ। ਅਸੀਂ ਆਪਣਾ ਇਹਨਾਂ ਕੋਸ਼ਿਸ਼ਾਂ ਦੇ ਵਿੱਚ ਆਪਣਾ ਲੱਗੇ ਹੋਏ, ਆਪਣੇ ਵੱਲੋਂ ਜਿੰਨਾ ਹੋ ਸਕੇ ਆਪਣੇ ਸਿੱਖਾਂ ਦੇ ਵਿੱਚ ਜਿਹੜਾ ਹੈਗਾ ਆਪਸੀ ਪਿਆਰ ਵਧੇ ਅਤੇ ਪ੍ਰੇਮ ਵਧੇ, ਅਸੀਂ ਜਿਹੜੀ ਆਪਣੀ ਐਨਰਜੀ ਹੈ ਜਾਂ ਪੈਸਾ ਉਸ ਨੂੰ ਆਪਣਾ ਗਲਤ ਪਾਸੇ ਨਾ ਵੇਸਟ ਕਰੀਏ। ਆਪਣਾ ਗੁਰੂ ਮਹਾਰਾਜ ਜੀ ਦਾ ਵਚਨ ਹੈ ਵੀ ਜੇ ਸਾਡੀ ਖੁਸ਼ੀ ਲੈਣੀ ਹੈ ਤਾਂ ਇੱਕ ਸਿੱਖ ਹੀ ਸਜਾ ਦਿਓ ਜ਼ਿੰਦਗੀ ਦੇ ਵਿੱਚ, ਅਤੇ ਅਸੀਂ ਇਸ ਕੋਸ਼ਿਸ਼ ਵਿੱਚ ਰਹੀਏ ਵੀ ਵੱਧ ਤੋਂ ਵੱਧ ਅਸੀਂ ਜਿਹੜਾ ਹੈ, ਕਿਉਂਕਿ ਦੁਨੀਆ ਕਿੰਨੀ ਹੈ ਗਲਤ ਰਸਤੇ ਪਈ ਆ, ਭੁੱਲੇ ਪਈ ਆ, ਜਿਹਨਾਂ ਕੋਲ ਬਾਣੀ ਦਾ ਨਹੀਂ ਪਤਾ ਹੈ, ਇਤਿਹਾਸ ਦਾ ਨਹੀਂ ਪਤਾ ਹੈ, ਅਤੇ ਆਪਣਾ ਜ਼ਿੰਦਗੀ
ਜ਼ਿੰਦਗੀਆਂ, ਦੁਖੀ ਜ਼ਿੰਦਗੀਆਂ ਜੀ ਰਹੇ ਹਨ। ਅਤੇ ਇਸ ਕਰਕੇ ਸਾਨੂੰ ਜੇ ਅਸੀਂ ਸਾਰੇ ਇਹ ਕੋਸ਼ਿਸ਼ ਕਰਾਂਗੇ ਗੁਰੂ ਦੇ ਪਿਆਰ ਵਿੱਚ, ਨਾਲੇ ਸਾਨੂੰ ਖੁਸ਼ੀ ਪ੍ਰਾਪਤ ਹੋਊਗੀ, ਗੁਰੂ ਦੀ ਖੁਸ਼ੀ ਪ੍ਰਾਪਤ ਹੋਊਗੀ, ਨਾਲੇ ਸਾਡੀ ਜ਼ਿੰਦਗੀ ਸਫਲ ਹੋ ਗਈ। ਅਸੀਂ ਆਪਣੇ ਵੱਲੋਂ ਜਿਹਨੂੰ ਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਅਸੀਂ ਆਪਣੀ ਕੋਸ਼ਿਸ਼ਾਂ ਇਹਦੇ ਵਿੱਚ ਪੂਰੇ। ਹਾਂਜੀ, ਜਿੱਦਾਂ ਤੁਸੀਂ ਹੁਣੇ ਗੱਲ ਕੀਤੀ ਕਿ ਤੁਸੀਂ ਵਿਚਾਰ ਰਹੇ ਜਿਹੜੇ ਕੱਚੇ ਹੈਗੇ ਆ, ਕਿ ਜਿਹਨਾਂ ਜਿਹੜੇ ਲੋਕਾਂ ਨੂੰ, ਜਿਹੜੇ ਸਾਡੇ ਲੋਕ ਆ ਉਹ ਹੋਰ ਪਾਸੇ ਨੂੰ ਜਾ ਰਹੇ ਆ, ਇਹਦੇ ਵਿੱਚ ਤੁਸੀਂ ਕੀ, ਤੁਹਾਡਾ ਮਤਲਬ ਸੀ ਕਿ ਦੁਨੀਆਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਕੌਣ ਸੱਚਾ ਆ ਕੌਣ ਝੂਠਾ ਆ, ਜਾਂ ਸਾਡੀ ਸਿੱਖੀ ਨੂੰ ਗੁੰਮਰਾਹ ਕੀਤਾ ਜਾ ਰਿਹਾ, ਜਿੱਦਾਂ ਮੈਂ ਪਹਿਲਾਂ ਵੀ ਇਹ ਕਹਿੰਦੇ ਸੀ ਜਿਹੜਾ ਹੈ ਪਹਿਲਾਂ ਤੋਂ ਚੱਲਿਆ ਆ ਰਿਹਾ। ਬਾਣੀ ਦੇ ਵਿੱਚ ਵੀ ਇਹ ਦੱਸ ਜਾਵੇ, ਕਾਚੇ ਗੁਰ ਤੇ ਮੁਕਤ ਨਾ ਹੋਆ, ਗੁਰਪੂਰਾ ਭੇਟਿਓ ਵਡਭਾਗੀ, ਵੀ ਜਿਹੜਾ ਹੈ ਮੁਕਤੀ ਦਾ ਦਾਤਾ ਜਾਂ ਬ੍ਰਹਮ ਗਿਆਨ ਦੇਣ ਵਾਲਾ ਉਹ ਸਤਿਗੁਰ ਪੂਰਾ ਹੈ। ਅਤੇ ਬਾਕੀ ਜਿਹੜੇ ਹੁਣ ਕੱਚਾ ਗੁਰੂ ਉਹਨੂੰ ਕਹਿ ਦਿੰਦੇ ਹਾਂ ਵੀ ਜਿਹੜੇ ਆਪਣਾ ਜਿਹੜੇ ਹਨ ਆਪਣੀ ਮਰਜ਼ੀ ਦੇ ਮੁਤਾਬਕ ਕਰਦੇ ਹਨ, ਤਾਂ ਆਪਣੇ ਜਾਂ ਪਿੱਛੇ ਲਗਾਉਂਦੇ ਹਨ ਗੁਰੂ ਤੋਂ ਜਾਂ ਪਰੇ ਲੈ ਕੇ ਜਾਂਦੇ, ਉਸਨੂੰ ਕੱਚਾ ਗੁਰੂ ਕਹਿ ਜਾਂਦੇ ਹਨ। ਇਸ ਕਰਕੇ ਸੱਚਾ ਗੁਰੂ ਜੋ ਸਾਡੀ ਪੰਜਾਬ ਦੀ ਧਰਤੀ ਦੇ ਉੱਤੇ ਆਪਣਾ ਦਸ ਗੁਰੂ ਸਾਹਿਬਾਨਾਂ ਨੇ ਅਵਤਾਰ ਲਿਆ, ਅਤੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ, ਅਤੇ ਉਸ ਤੋਂ ਉਸ ਉਪਦੇਸ਼ ਤੋਂ ਭਟਕ ਕੇ ਜਿਹੜੇ ਹਨ ਉਰੇ ਪਰੇ ਫਿਰਦੇ ਹਨ ਕਿਤੇ ਕਿਤੇ। ਅਤੇ ਇਸ ਕਰਕੇ ਸਾਨੂੰ ਉਹਨਾਂ ਨੂੰ ਪਿਆਰ ਦੇ ਨਾਲ ਸਮਝਾਉਣ ਦੀ ਜਿਹੜੀ ਹੈ ਜ਼ਰੂਰਤ ਹੈ। ਇਸ ਕਰਕੇ ਜਿਹੜੇ ਹਨ ਉਹ ਇਸ ਪਾਸੇ ਤੋਂ ਬਚ ਸਕਦੇ ਹਨ ਅਤੇ ਆਪਣੇ ਜੀਵਨ ਨੂੰ ਸਫਲਾ ਕਰ ਸਕਦੇ ਹਨ। ਅਤੇ ਮੈਨੂੰ ਵੀ ਲੱਗ ਰਿਹਾ ਕਿ ਜਿੱਦਾਂ ਤੁਸੀਂ ਹੁਣ ਗੱਲ ਕੀਤੀ ਬਿਲਕੁਲ ਕਿ ਸਾਨੂੰ ਕੱਚੇ ਗੁਰੂਆਂ ਤੋਂ ਬਚਣਾ ਚਾਹੀਦਾ, ਪਰ ਜਿਹੜੀ ਸਾਡੀ ਸੰਗਤ ਆ ਇਹ ਬਹੁਤ ਅਨਭੋਲ ਆ, ਇਹਨਾਂ ਨੂੰ ਮਾੜਾ ਜਿਹਾ ਕਿਸੇ ਨੇ ਏਕ ਓਂਕਾਰ ਅਤੇ ਸਤਨਾਮ ਦਾ ਜਾਪ ਸੁਣਾ ਦਿੱਤਾ ਅਤੇ ਆਪਣੀ ਕਿਸੇ ਨੇ ਵਡਿਆਈ ਕਰ ਦਿੱਤੀ ਕਿ ਮੈਂ ਆਹ ਕਰਦਾ ਮੈਂ ਉਹ ਕਰਦਾ, ਪਰ ਅਸੀਂ ਸਿਰਫ ਅਵੇਅਰਨੈਸ ਲਿਆਉਣਾ ਚਾਹੁੰਦੇ ਕਿ ਸਾਨੂੰ ਉਹ ਕਿੱਦਾਂ ਪਤਾ ਲੱਗੇ ਕਿ ਕੌਣ ਸੱਚਾ ਆ ਕੌਣ ਝੂਠਾ ਆ, ਕਿਉਂਕਿ ਸੰਗਤਾਂ ਬਹੁਤ ਭੋਲੀਆਂ ਆ, ਤੁਹਾਨੂੰ ਵੀ ਪਤਾ ਆ ਹੈ ਨਾ ਕਿ ਸਭ ਨਾਲੋਂ ਆਪਣਾ ਜੋ ਵੱਡੀ ਵੱਡਾ ਉਪਦੇਸ਼ ਹੈ ਬਖਸ਼ਿਸ਼ ਹੈ ਉਹ ਤਾਂ ਸਾਡੇ ਕੋਲ ਗੁਰੂ ਸਾਹਿਬਾਨ ਅਤੇ ਅੱਜ ਗੁਰਬਾਣੀ ਹੈ। ਗੁਰਬਾਣੀ ਸਭ ਨਾਲੋਂ ਵੱਡਾ ਗਿਆਨ ਹੈ ਅਤੇ ਗੁਰਬਾਣੀ ਦੀ ਕਸੌਟੀ ਦੇ ਉੱਤੇ ਜੋ ਆਪਣਾ ਗੱਲ ਉਤਰਦੀ ਹੈ ਉਹ ਸੱਚੀ ਹੈ। ਅਤੇ ਬਾਕੀ ਜਿਹੜੇ ਨਾਮ ਜਪਾਉਣ ਵਾ ਆਪਣਾ ਨਾਮ ਜਪਾਉਣ ਵਾਸਤੇ ਉਹ ਗੱਲ ਆਪਣਾ ਕੋਈ ਮਾੜੀ ਨਹੀਂ ਹੈ। ਅਤੇ ਜਿਹੜੇ ਆਪਣਾ ਪ੍ਰਚਾਰਕ ਹਨ ਜਿਹੜੇ ਗੁਰਮਤ ਅਨੁਸਾਰ ਜਿਹੜੇ ਹਨ ਕੰਮ ਕਰਦੇ ਨੇ, ਜਿਹੜੀਆਂ ਸੰਗਤਾਂ ਨੇ ਸਿਆਣੀਆਂ ਨੇ ਪੜ੍ਹੇ ਲਿਖੇ ਵੀ ਹਨ, ਠੀਕ ਹੈ, ਬਹੁਤ ਸਾਰੇ ਲੋਕ ਅਜੇ ਵੀ ਅਗਿਆਨ ਦੇ ਵਿੱਚ ਹਨ ਜਾਂ ਘੱਟ ਪੜ੍ਹੇ ਹੋਏ ਹਨ ਅਤੇ ਉਹ ਜਲਦੀ ਉਹ ਪ੍ਰਭਾਵਿਤ ਹੋ ਜਾਂਦੇ, ਉਹਨਾਂ ਨੂੰ ਨਹੀਂ ਪਤਾ ਹੁੰਦਾ। ਬਾਕੀ ਜਿਹੜੇ ਹਨ ਕੋਈ ਵੀ ਪ੍ਰਚਾਰਕ ਵੀ ਜੇ ਕੋਈ ਗਲਤ ਕਰਦਾ, ਪ੍ਰਚਾਰ ਆਪਣਾ ਸੰਗਤਾਂ ਨੂੰ ਆਪਣਾ ਜਿਹੜਾ ਉਸਦੀ ਜੀਵਨ ਦੀ ਖੋਜ ਕਰਨੀ ਚਾਹੀਦੀ ਹੈ ਅਤੇ ਉਸ ਬਾਰੇ ਪਤਾ ਹੋਣਾ ਚਾਹੀਦਾ ਵੀ ਹਾਂ ਵੀ ਇਸ ਨੇ ਕੀ ਕੀਤਾ ਹੈ ਅਤੇ ਕੀ ਕੰਮ ਕਰ ਰਿਹਾ ਅਤੇ ਕਿੰਨੇ ਸਮੇਂ ਤੋਂ ਕਰ ਰਿਹਾ। ਇਸ ਕਰਕੇ ਸੰਗਤ ਨੂੰ ਇਸ ਚੀਜ਼ ਦੀ ਖੋਜ ਕਰਨੀ ਚਾਹੀਦੀ ਹੈ। ਬਾਕੀ ਗੁਰਬਾਣੀ ਦੇ ਵਿੱਚ ਤਾਂ ਜਿਹੜਾ ਹੈ ਸਾਰਾ ਗੁਰਬਾਣੀ ਗਿਆਨ ਦਿੰਦੀ ਹੈ, ਸੱਚ ਝੂਠ ਦਾ ਸਾਰਾ ਗਿਆਨ ਗੁਰਬਾਣੀ ਦਿੰਦੀ ਹੈ। ਇਸ ਕਰਕੇ ਸਾਨੂੰ ਗੁਰਬਾਣੀ ਤੋਂ ਵੀ ਜਾਣੂ ਹੋਣਾ ਚਾਹੀਦਾ ਅਤੇ ਆਪ ਸਾਨੂੰ ਇਤਿਹਾਸ ਤੋਂ ਜਾਣੂ ਹੋਣਾ ਚਾਹੀਦਾ ਅਤੇ ਖੁਦ ਜਿਹੜੀ ਹੈ ਸਟੱਡੀ ਕਰਨੀ ਚਾਹੀਦੀ ਹੈ ਅਤੇ ਇਸ ਕਰਕੇ ਫਿਰ ਅਸੀਂ ਇਹਨਾਂ ਗੱਲਾਂ ਤੋਂ ਬਚ ਸਕਦੇ ਹਾਂ ਅਤੇ ਦੂਸਰਿਆਂ ਨੂੰ ਵੀ ਬਚਾ ਸਕਦੇ ਹਾਂ। ਹਾਂਜੀ, ਅਤੇ ਇੱਕ ਗੱਲ ਮੈਂ ਹੋਰ ਪੁੱਛਣਾ ਚਾਹੁੰਦੀ ਸੀ, ਤੁਹਾਡੇ ਪੁੱਛਣਾ ਮੈਂ ਕਰਨਾ ਹੀ ਚਾਹੁੰਦੀ ਹਾਂ ਕਿਉਂਕਿ ਹੁਣ ਅਸੀਂ ਬੈਠੇ ਹਾਂ, ਸਾਨੂੰ ਚਾਂਸ ਮਿਲਿਆ ਹੋਇਆ ਕਿ ਅਕਸਰ ਸਾਡੀ ਜੋ ਸਿੱਖ ਸੰਗਤ ਕਹਿ ਦਿਉ ਜਾਂ ਸਾਡਾ ਪੰਜਾਬੀ ਭਾਈਚਾਰਾ ਕਹਿ ਦਿਉ ਜਾਂ ਉਹ ਪਹਿਲਾਂ ਇੱਕਦਮ ਕਿਸੇ ਨੂੰ ਬਹੁਤ ਉੱਪਰ ਚੱਕ ਦਿੰਦੇ ਆ ਜਦੋਂ ਕੋਈ ਨਵਾਂ ਨਵਾਂ ਆਉਂਦਾ ਜਾਂ ਕੋਈ ਜਿੱਦਾਂ ਹੁਣ ਕਿ ਮੈਂ ਹੁਣ ਮੈਂ ਨਾਂ ਨਹੀਂ ਇੱਥੇ ਕਿਸੇ ਦਾ ਵੀ ਲੈਣਾ ਚਾਹੁੰਦੀ, ਅਤੇ ਮੁੜ ਕੇ ਜਦੋਂ ਕਿਸੇ ਮਾੜੀ ਜਿਹੀ ਕਿਤੇ ਆਲੇ ਦੁਆਲੇ ਉਹ ਕਿਤੇ ਮਾੜੀ ਜਿਹੀ ਗੱਲ ਵੀ ਹੁੰਦੀ ਆ, ਭਾਵੇਂ ਉਹ ਝੂਠੀ ਅਫਵਾਹ ਹੀ ਕਿਉਂ ਨਾ ਕਿਸੇ ਨੇ ਬਣਾਈ ਹੋਵੇ, ਅਤੇ ਇੱਕਦਮ ਅਸੀਂ ਸਾਰੇ ਹੀ ਉੱਧਰ ਨੂੰ ਹੋ ਜਾਂਦੇ, ਨਹੀਂ ਜੀ ਉਹ ਬਹੁਤ ਮਾੜਾ ਆ, ਪਹਿਲਾਂ ਅਸੀਂ ਉਸ ਇਨਸਾਨ ਨੂੰ ਹੀ ਉਸ ਸੰਤ ਨੂੰ ਹੀ ਉਸ ਬਹੁਤ ਅਸੀਂ ਉਹਨਾਂ ਨੂੰ ਉੱਪਰ ਕਹਿੰਦੇ ਹਾਂ ਕਿ ਇਹਨਾਂ ਇਹ ਇਹਨਾਂ ਵਰਗਾ ਹੈ ਨਹੀਂ, ਉਹ ਪ੍ਰਚਾਰਕ ਵੀ ਹੁੰਦੇ ਆ, ਚੱਲ ਕਿ ਸਾਨੂੰ ਪਤਾ ਆ ਕਿ ਉਹ ਸਾਨੂੰ ਬਾਣੀ ਦੇ ਨਾਲ ਜੋੜ ਰਹੇ ਹੁੰਦੇ ਆ, ਅਤੇ ਬਾਅਦ ਵਿੱਚ ਅਸੀਂ ਕਿਸੇ ਦੇ ਮਗਰ ਕੰਨਾਂ ਦੇ ਕੱਚੇ ਹੋ ਕੇ ਅਸੀਂ ਕਿਉਂ ਉਹਨਾਂ ਨੂੰ ਛੇਤੀ ਇਸ ਪਾਸੇ ਨੂੰ ਸੱਲੇ ਕਰ ਦਿੰਦੇ ਹਾਂ। ਇਸ ਕਰਕੇ ਅਸੀਂ ਇਹਦਾ ਮਤਲਬ ਅਸੀਂ ਖੁਦ ਕੱਚੇ ਹਾਂ, ਸਾਨੂੰ ਅਸੀਂ ਪਹਿਚਾਣ ਨਹੀਂ ਕਰਦੇ ਹੈਗੇ, ਅਤੇ ਅਸੀਂ ਬਹੁਤ ਸਾਰੇ ਜਾਂ ਪ੍ਰਚਾਰਕ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਬਾਤ ਤੋਂ ਕੁਛ ਕਰਦੇ ਹਨ ਵੀ ਚਲੋ ਅਸੀਂ ਐਂ ਕਰਾਂਗੇ, ਅਸੀਂ ਐਂ ਕਰਾਂਗੇ ਧਰਮ ਵਾਸਤੇ, ਸਿੱਖੀ ਵਾਸਤੇ ਅਸੀਂ ਐਂ ਕਰਾਂਗੇ ਆਪਣਾ, ਜਾਂ ਫਿਰ ਚਲੋ ਸਹੀ ਪ੍ਰਚਾਰ ਕਰਦੇ ਨੇ। ਅਤੇ ਇਸ ਕਰਕੇ ਸਿੱਖ ਸੰਗਤ ਨੂੰ ਇਸ ਵਾਸਤੇ ਸੁਚੇਤ ਹੋਣਾ ਚਾਹੀਦਾ ਵੀ ਬਿਨਾਂ ਪਰਖੇ ਤੋਂ ਬਿਨਾਂ ਦੇਖੇ ਤੋਂ ਆਪਣਾ ਜਿਹੜਾ ਇਸਦੇ ਨਿਯੋ ਮਗਰ ਨਹੀਂ ਲੱਗਣਾ ਚਾਹੀਦਾ, ਅਤੇ ਸਹਿਯੋਗ ਉਹਨਾਂ ਸੰਸਥਾਵਾਂ ਨੂੰ ਉਹਨਾਂ ਪ੍ਰਚਾਰਕਾਂ ਨੂੰ ਦੇਣਾ ਚਾਹੀਦਾ ਜੋ ਪ੍ਰਚਾਰਕ ਜਾਂ ਸੰਸਥਾਵਾਂ ਜਿਹੜੀਆਂ ਸਹੀ ਆਪਣਾ ਸਿੱਖੀ ਦਾ ਧਰਮ ਦਾ ਪ੍ਰਚਾਰ ਕਰਦੀਆਂ ਹਨ, ਅਤੇ ਖੁਦ ਇਸ ਚੀਜ਼ ਦੇ ਆਪਣਾ ਜਾਣੂ ਹੋਣੇ ਚਾਹੀਦੇ ਹਨ ਵੀ ਸਾਨੂੰ ਆਪਣਾ ਗੁਰੂ ਦੇ ਨਾਲ ਜੋੜਿਆ ਜਾ ਰਿਹਾ ਜਾਂ ਤੋੜਿਆ ਜਾ ਰਿਹਾ, ਸਾਨੂੰ ਇਤਿਹਾਸ ਦੇ ਨਾਲ ਜੋੜਿਆ ਜਾ ਰਿਹਾ ਗੁਰਮਤ ਦੇ ਨਾਲ ਜਾਂ ਸਾਨੂੰ ਤੋੜਿਆ ਜਾ ਰਿਹਾ। ਇਸ ਕਰਕੇ ਹਰ ਸਿੱਖ ਸੰਗਤ ਨੂੰ ਜਿਹੜਾ ਹੈਗਾ ਇਸ ਚੀਜ਼ ਦੇ ਆਪਣਾ ਜਾਣੂ ਹੋਣਾ ਚਾਹੀਦਾ, ਉਹਨਾਂ ਨੂੰ ਇੰਨਾ ਗਿਆਨ ਤਾਂ ਹੋਣਾ ਜ਼ਰੂਰੀ ਹੀ ਹੈ। ਹਾਂਜੀ ਬਿਲਕੁਲ, ਸਾਨੂੰ ਕਿਸੇ ਦੀ ਗੱਲ 'ਤੇ ਪਿੱਛੇ ਨਹੀਂ ਲੱਗਣਾ ਚਾਹੀਦਾ, ਸਾਨੂੰ ਆਪਣਾ ਸਾਡੇ ਕੋਲ ਅੰਦਰ ਦਿਮਾਗ ਆ, ਸਾਡੇ ਕੋਲ ਸਾਰਾ ਕੁਛ ਆ, ਸਾਨੂੰ ਸੋਚਣਾ ਚਾਹੀਦਾ ਕਿ ਕੌਣ ਚੰਗਾ ਕੰਮ ਕਰ ਰਿਹਾ ਕੌਣ ਮਾੜਾ ਕੰਮ ਕਰ ਰਿਹਾ, ਕੋਈ ਸਾਰਿਆਂ ਨੂੰ ਮਹਾਰਾਜ ਨੇ ਅਕਲ ਵੀ ਦਿੱਤੀ ਆ, ਅੱਖਾਂ ਵੀ ਦਿੱਤੀਆਂ, ਕੰਨ ਵੀ ਦਿੱਤੇ ਆ ਸੁਣਨ ਨੂੰ, ਹੈ ਨਾ। ਅਤੇ ਸੋ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਮਿਲ ਕੇ, ਅਤੇ ਵਧੀਆ ਲੱਗਾ ਕਿ ਤੁਸੀਂ ਮੈਨੂੰ ਸਹੀ ਮੇਰੀ ਜਿਹੜੀ ਮੇਰੀ ਅੰਦਰਲੀ ਇਹ ਭਾਵਨਾ ਸੀਗੀ ਕਿ ਮੈਂ ਜਦੋਂ ਵੀ ਕਿਸੇ ਨੂੰ ਮਿਲਾਂ ਤਾਂ ਮੈਂ ਜ਼ਰੂਰ
ਜੋੜ ਜਿਹੀ ਬਣੀ ਰਹਿੰਦੀ ਆ। ਅਤੇ ਜਦੋਂ ਤੁਸੀਂ ਹੁਣ ਪੰਜਾਬ ਦੇ ਵਿੱਚੋਂ ਆਏ ਆ ਅਤੇ ਪੰਜਾਬ ਜਿੱਦਾਂ ਮੈਂ ਹੁਣ ਪੰਜਾਬ ਦੇ ਵਿੱਚ ਜਾਂਦੀ ਮੈਨੂੰ ਲੱਗਦਾ ਹੁੰਦਾ ਕਿ ਉੱਥੇ ਸਿੱਖੀ ਦਾ ਇੰਨਾ ਅਸਰ ਨਹੀਂ ਹੈ ਜਾਂ ਕਿੱਦਾਂ ਇੱਧਰਲੇ ਪਾਸੇ ਜਿਹੜੇ ਸਾਡੇ ਯੰਗਸਟਰ ਆ ਉਹ ਜ਼ਿਆਦਾ ਸਿੱਖੀ ਦੇ ਨਾਲ ਜੁੜੇ ਹੋਏ ਹਨ। ਤੁਸੀਂ ਤਾਂ ਇੱਥੇ ਦੋਨੋਂ ਥਾਵਾਂ 'ਤੇ ਦੇਖ ਲਿਆ, ਹੁਣ ਤੁਹਾਡਾ ਕਾਫੀ ਸੰਗਤਾਂ ਦੇ ਨਾਲ ਵਾਹ ਪਿਆ, ਤੁਹਾਨੂੰ ਕਿੱਦਾਂ ਲੱਗ ਰਿਹਾ? ਨਹੀਂ, ਇਹ ਗੱਲ ਬਿਲਕੁਲ ਤੁਹਾਡੀ ਠੀਕ ਹੈ। ਪਿਛਲੇ ਆਪਣਾ ਕੁਛ ਸਾਲਾਂ ਦੇ ਉੱਤੋਂ ਬਹੁਤ ਜਿਹੜਾ ਹੈ ਨਿਘਾਰ ਆਇਆ, ਆਪਣਾ ਪਤਤ ਪਾਉਣਾ ਅਤੇ ਨਸ਼ਾ ਜਿਹੜੇ ਹਨ ਪੰਜਾਬ ਦੇ ਵਿੱਚ ਉਸਦੇ ਬਹੁਤ ਸਾਰੇ ਕਾਰਨ ਹਨ, ਇਹ ਹੋਇਆ ਹੈ। ਅਤੇ ਇੱਥੇ ਆ ਕੇ ਬੜੀ ਖੁਸ਼ੀ ਵੀ ਹੁੰਦੀ ਹੈ, ਜਿਹੜੇ ਨੌਜਵਾਨ ਨੇ ਲੜਕੇ ਹਨ ਸਿੱਖੀ ਵੱਲ ਜਿਹੜੇ ਹਨ ਵੱਧ ਰਹੇ ਨੇ, ਉਹਨਾਂ ਨੂੰ ਬਾਣੀ ਦਾ ਪਿਆਰ ਜਿਹੜਾ ਹੈ ਜਾਗ ਰਿਹਾ ਹੈ, ਅਤੇ ਇਸ ਕਰਕੇ ਮਨ ਵਿੱਚ ਬੜੀ ਖੁਸ਼ੀ ਵੀ ਹੁੰਦੀ ਹੈ। ਬਾਕੀ ਜਿਹੜੇ ਅਜੇ ਵੀ ਭੁੱਲੇ ਭੁੱਲੇ ਭਟਕੇ ਹਨ ਜਾਂ ਗੁਰਸਿੱਖੀ ਤੋਂ ਪਰੇ ਹਨ, ਅਤੇ ਅਸੀਂ ਉਹਨਾਂ ਨੂੰ ਬੇਨਤੀ ਵੀ ਕਰਦੇ ਹਾਂ ਅਤੇ ਉਹਨਾਂ ਨੂੰ ਚਾਹੀਦਾ ਹੈ ਵੀ ਅਸੀਂ ਜਿਹੜਾ ਹੈਗਾ ਸੰਸਾਰ ਦੇ ਵਿੱਚ ਗੁਰੂ ਨਾਨਕ ਦਾ ਜੋ ਉਪਦੇਸ਼ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਉਪਦੇਸ਼, ਅਸੀਂ ਸੰਸਾਰ ਦੇ ਵਿੱਚ ਫੈਲਾਈਏ ਅਤੇ ਜੁੜੀਏ। ਅਤੇ ਪੰਜਾਬ ਦੇ ਵਿੱਚ ਜਿਹੜਾ ਹੈ ਥੋੜ੍ਹਾ ਹੁਣ ਫਰਕ ਪੈਣ ਲੱਗਿਆ, ਅਸੀਂ ਵੀ ਆਪਣਾ ਜਿਹੜਾ ਹੈ ਬੇਨਤੀਆਂ ਕਰਦੇ ਫਿਰ ਰਹੇ ਹਾਂ ਅਤੇ ਕੋਸ਼ਿਸ਼ਾਂ ਕਰ ਰਹੇ ਹਾਂ। ਅਤੇ ਆਪਣਾ ਕਾਫੀ ਪਤਤਪਣਾ ਅਤੇ ਨਸ਼ੇ ਤਾਂ ਬਹੁਤ ਜ਼ਿਆਦਾ ਵਧੇ ਨੇ, ਅਤੇ ਹੁਣ ਆਸ ਹੈ ਵੀ ਚਲੋ ਬਾਹਰਲੇ ਦੇਸ਼ਾਂ ਦੇ ਵਿੱਚੋਂ ਆਪਣਾ ਜਿਹੜੇ ਹਨ ਨੌਜਵਾਨ ਜਾਗਣਗੇ, ਸਿੱਖ ਜਾਗਣਗੇ, ਜਿਹੜਾ ਦੁਨੀਆਂ ਦੇ ਵਿੱਚ ਜਿਹੜਾ ਹੈ ਸਿੱਖੀ ਦਾ ਪ੍ਰਚਾਰ ਕਰਨਗੇ, ਵੀ ਇਕੱਲਾ ਜਿਹੜਾ ਹੈ ਉੱਥੇ ਉਹਨਾਂ ਦੇ ਆਸਰੇ ਨਾ ਬੈਠੋ ਵੀ ਇਕੱਲੇ ਪੰਜਾਬ ਤੋਂ ਹੀ ਆਉਣਗੇ, ਨਹੀਂ ਹੁਣ ਜਿਹੜਾ ਹੈ ਸਿੱਖ ਜਿਹੜੇ ਹਨ ਸਾਰੀ ਦੁਨੀਆਂ ਦੇ ਵਿੱਚ ਜਾ ਚੁੱਕੇ ਹਨ, ਗੁਰੂ ਨਾਨਕ ਦਾ ਝੰਡਾ ਸਾਰੇ ਸੰਸਾਰ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਵਿੱਚ ਫੈਲਦਾ। ਆਪਣਾ ਬੱਚੇ ਬੱਚੇ ਨੂੰ ਜਾਗਣਾ ਚਾਹੀਦਾ ਅਤੇ ਘਰ ਘਰ ਵਿੱਚ ਜਿਹੜੀ ਹੈ ਰੋਸ਼ਨੀ ਗੁਰੂ ਘਰ ਦੀ ਜਿਹੜੀ ਹੈ ਇਹਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਤੇ ਇੱਥੇ ਬੜੀ ਖੁਸ਼ੀ ਹੁੰਦੀ ਹੈ ਵੀ ਹਾਂ ਜਿਹੜੇ ਹਨ ਸਿੱਖ ਸੰਗਤਾਂ ਨੇ ਇੱਥੇ ਆ ਕੇ ਜਿੱਥੇ ਬਹੁਤ ਮਿਹਨਤਾਂ ਦੇ ਨਾਲ ਆਪਣੇ ਕਾਰੋਬਾਰ ਕਾਰਜ ਸਥਾਪਿਤ ਕੀਤੇ ਅਤੇ ਆਪਣੇ ਸਿੱਖੀ ਵੱਲ ਨੂੰ ਵੱਧ ਰਹੇ ਨੇ, ਉਹਨਾਂ ਨੂੰ ਜਿਹੜੀ ਆਪਣਾ ਗਿਆਨ ਵੱਲ ਜਾ ਰਹੇ ਹਨ ਉਹ, ਅਤੇ ਬਾਣੀ ਦਾ ਪਿਆਰ ਉਹਨਾਂ ਵਿੱਚ ਜਾਗ ਰਿਹਾ ਹੈ, ਇਸ ਕਰਕੇ ਬਹੁਤ ਮਨ ਨੂੰ ਖੁਸ਼ੀ ਹੋ ਰਹੀ ਹੈ। ਅਤੇ ਥੈਂਕ ਯੂ ਜੀ। ਅਤੇ ਇੱਕ ਗੱਲ ਹੋਰ ਸੀ, ਜਿੱਦਾਂ ਆਪਣੇ ਅਕਸਰ ਆਪਾਂ ਜਿਹੜੇ ਸੰਤ ਡੇਰਿਆਂ ਦੇ ਵਿੱਚ ਜ਼ਿਆਦਾ ਪ੍ਰਚਾਰ ਹੋ ਰਿਹਾ ਸਿੱਖੀ ਦਾ ਇਸ ਵੇਲੇ, ਸਾਡੇ ਜਿਹੜੇ ਸਿੰਘ ਸਭਾ ਕਹਿ ਦੇਵਾਂ ਮੈਂ ਜਾਂ ਜਿਹੜੇ ਸ਼੍ਰੋਮਣੀ ਕਮੇਟੀ ਦੇ ਅਧੀਨ ਗੁਰਦੁਆਰੇ ਆ ਉੱਥੇ ਕਿਉਂ ਨਹੀਂ ਇੰਨਾ ਪ੍ਰਚਾਰ ਕਰ ਰਹੇ? ਕਿ ਉਹਨਾਂ ਕੋਲ ਗਿਆਨੀ ਘੱਟ ਆ ਜਾਂ ਉਹ ਇਸ ਪਾਸੇ ਨੂੰ ਖਿਆਲ ਦੇਣਾ ਹੀ ਨਹੀਂ ਚਾਹੁੰਦੇ? ਦੇਖੋ, ਗੁਰਸਿੱਖੀ ਦੇ ਵਿੱਚ ਸਾਰੇ ਇੱਕ ਹੀ ਨੇ, ਕੋਈ ਅਲੱਗ ਅਲੱਗ ਨਹੀਂ ਹੈਗੇ। ਚਲੋ ਪ੍ਰਚਾਰਕ ਜਿਹੜੇ ਹਨ ਆਪਣਾ ਪ੍ਰਚਾਰ ਕਰਨ, ਕੋਈ ਪ੍ਰਚਾਰਕ ਉਸਨੂੰ ਕਿਸੇ ਨਾਮ ਦੇ ਨਾਲ ਸੁਸ਼ੋਭਿਤ ਕੀਤਾ ਜਾਂਦਾ, ਅਤੇ ਆਪਣਾ ਸਾਰਿਆਂ ਨੂੰ ਪ੍ਰਚਾਰ ਕਰਨਾ ਚਾਹੀਦਾ, ਸੰਸਥਾਵਾਂ ਨੂੰ ਜਿਹੜਾ ਹੈ ਪ੍ਰਚਾਰ ਕਰਨਾ ਚਾਹੀਦਾ ਉਹਨਾਂ ਦੇ ਕੋਲ, ਜਿਨ੍ਹਾਂ ਦੇ ਕੋਲ ਸਾਧਨ ਹਨ, ਜਿਨ੍ਹਾਂ ਦੇ ਕੋਲ ਪੈਸਾ ਵੀ ਹੈ। ਬਾਕੀ ਸ਼੍ਰੋਮਣੀ ਕਮੇਟੀ ਹੈ ਉਹਨਾਂ ਨੂੰ ਵੀ ਆਪਣਾ ਵੱਧ ਤੋਂ ਵੱਧ, ਉਹਨਾਂ ਤਾਂ ਬਹੁਤ ਵੱਡਾ ਫਰਜ਼ ਬਣਦਾ ਵੀ ਦੁਨੀਆਂ ਦੇ ਵਿੱਚ ਜਿਹੜਾ ਇਹ ਮੈਸੇਜ ਪਹੁੰਚਾਇਆ ਜਾਵੇ ਅਤੇ ਦੁਨੀਆਂ ਦੇ ਵਿੱਚ, ਇਸ ਕਰਕੇ ਬਾਕੀ ਤਾਂ ਚਲੋ ਜੋ ਪ੍ਰਚਾਰਕ ਆਪਣੇ ਵੱਲੋਂ ਗੁਰੂ ਦੇ ਪਿਆਰ ਵਿੱਚ ਚੱਲ ਕੇ ਆਪਣਾ ਪ੍ਰਚਾਰ ਕਰਦੇ ਹਨ, ਬਾਕੀ ਉਹਨਾਂ ਦਾ ਤਾਂ ਬਿਲਕੁਲ ਫਰਜ਼ ਹੀ ਬਣਦਾ ਹੈ ਉਹਨਾਂ ਨੂੰ ਆਪਣਾ ਵੱਧ ਤੋਂ ਵੱਧ ਜਿਹੜੇ ਹਨ ਇਸ ਤਰ੍ਹਾਂ ਦੇ ਆਪਣਾ ਜਿਹੜੇ ਪ੍ਰਚਾਰਕ ਪੈਦਾ ਕੀਤੇ ਜਾਣ। ਇੱਧਰ ਵੀ ਅਸੀਂ ਬੇਨਤੀ ਕਰਦੇ ਹਾਂ, ਇੱਧਰ ਵੀ ਆਪਣਾ ਇਸ ਤਰ੍ਹਾਂ ਦੇ ਪ੍ਰਚਾਰਕ ਪੈਦਾ ਕਰਨ ਅਤੇ ਬੱਚਿਆਂ ਨੂੰ ਪੂਰਾ ਗਿਆਨ ਦਿੱਤਾ ਜਾਵੇ, ਜਿਸ ਦੇ ਨਾਲ ਸੰਸਾਰ ਦੇ ਵਿੱਚ ਜਿਹੜਾ ਹੈ ਗੁਰੂ ਮਹਾਰਾਜ ਜੀ ਦਾ ਜਸ ਫੈਲੇ ਅਤੇ ਰੋਸ਼ਨੀ ਫੈਲੇ। ਜੇ ਕਿਤੇ ਆਪਾਂ ਜਿੱਦਾਂ ਗੱਲ ਕਰਦੇ, ਜਿੱਦਾਂ ਹੁਣ ਤੁਸੀਂ ਇੰਨੀ ਕੋਸ਼ਿਸ਼ ਕਰਦੇ ਹਾਂ, ਇੰਨਾ ਹਾਰਡਵਰਕ ਕਰਦੇ ਹਾਂ, ਇੰਨੀ ਮਿਹਨਤ ਕਰਦੇ ਹਾਂ, ਸੇਵਾ ਕਰਦੇ ਹਾਂ, ਅਤੇ ਤੁਹਾਡੀ ਤੁਸੀਂ ਜਿੱਦਾਂ ਤੁਹਾਡੇ ਗਲਤ ਕਿ ਤੁਸੀਂ ਕੋਸ਼ਿਸ਼ ਕਰ ਰਹੇ ਕਿ ਬੱਚਿਆਂ ਨੂੰ ਨਸ਼ਿਆਂ ਤੋਂ ਕੱਢਿਆ ਜਾਵੇ, ਬੱਚਿਆਂ ਨੂੰ ਕੀਰਤਨ ਦਿੱਤਾ ਜਾਵੇ, ਵਿੱਦਿਆ ਦਿੱਤੀ ਜਾਵੇ, ਗਿਆਨੀ ਬਣਾਏ ਜਾਣ, ਪਾਠੀ ਸਿੰਘ ਸਜਾਏ ਜਾਣ, ਅਤੇ ਜੇ ਕਿਤੇ ਸਾਡੇ ਸ਼੍ਰੋਮਣੀ ਕਮੇਟੀ ਵਾਲੇ ਵੀ ਇਹਨਾਂ ਗੱਲਾਂ ਲਈ ਧਿਆਨ ਦੇ ਦੇਣ, ਅਤੇ ਜਿਹੜੀਆਂ ਸਾਡੀਆਂ ਅੱਜ ਬੇਅਦਬੀਆਂ ਹੋ ਜਾਂਦੀਆਂ ਸਾਡੇ ਗੁਰੂ ਘਰਾਂ ਦੇ ਵਿੱਚ, ਗੁਰੂ ਮਹਾਰਾਜ ਦੀ ਬੇਅਦਬੀ ਹੋ ਰਹੀ ਹੈ, ਕਿਤੇ ਨਾ ਕਿਤੇ ਉਹ ਕੰਮ ਹੋ ਸਕਦੀਆਂ ਆ ਨਾ? ਹਾਂਜੀ, ਇਹਦੇ ਵਿੱਚ ਆਪਣਾ ਬਹੁਤ ਸਾਰੀਆਂ ਕਮੀਆਂ ਜਿਹੜੀਆਂ ਸਾਰਿਆਂ ਦੇ ਵਿੱਚ ਆਈਆਂ ਨੇ, ਅਤੇ ਉਹਨਾਂ ਨੂੰ ਕਮੀਆਂ ਨੂੰ ਕੱਢਣਾ ਚਾਹੀਦਾ, ਜੋ ਸ਼੍ਰੋਮਣੀ ਕਮੇਟੀ ਵਿੱਚ ਆਈਆਂ ਨੇ ਜਾਂ ਪ੍ਰਚਾਰਕਾਂ ਦੇ ਵਿੱਚ ਸਥਾਨਾਂ ਵਿੱਚ ਜੋ ਵੀ ਆਪਣਾ ਕਮੀਆਂ ਨੂੰ ਉਹਨਾਂ ਨੂੰ ਦੂਰ ਕਰਨਾ ਚਾਹੀਦਾ। ਅਸੀਂ ਆਪਣੇ ਵੱਲੋਂ ਜਿਹੜੇ ਹਨ ਬੱਚਿਆਂ ਦੀਆਂ ਕਲਾਸਾਂ ਲਗਾ ਕੇ ਅਤੇ ਸੰਥਿਆਂ ਦੀਆਂ ਅਤੇ ਕੀਰਤਨ ਦੀਆਂ ਉਹਨਾਂ ਨੂੰ ਕੋਸ਼ਿਸ਼ ਕਰ ਰਹੇ ਹਾਂ ਵੀ ਉਹ ਆਪਣਾ ਜਿਹੜੇ ਹਨ ਇੱਕ ਪ੍ਰੈਕਟੀਕਲੀ ਆਪਣਾ ਜੀਵਨ ਜੀ ਕੇ ਬਾਣੀ ਦੇ ਵਿੱਚ ਆ ਕੇ ਉਸ ਚੀਜ਼ ਨੂੰ ਪ੍ਰਾਪਤ ਕਰ ਸਕਣ, ਅਤੇ ਸਾਰਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਵੀ ਇਸ ਤਰ੍ਹਾਂ ਦੇ ਪ੍ਰਚਾਰਕ ਜਿਹੜੇ ਹਨ ਪੈਦਾ ਕਰਨ, ਜਿਹੜੇ ਆਪਣਾ ਜੋੜਨ ਵਾਲੇ ਹੋਣ, ਤੋੜਨ ਵਾਲੇ ਨਾ ਹੋਣ, ਕਨਫਿਊਜ਼ਨ ਨਾ ਪੈਦਾ ਕਰਨ ਵਿੱਚ ਆਪਣਾ ਜਿਹੜਾ ਹੈ ਪ੍ਰੇਮ ਪਿਆਰ ਦਾ ਜੋ ਗੁਰੂ ਨਾਨਕ ਦੇ ਘਰ ਦਾ ਜੋ ਉਪਦੇਸ਼ ਹੈ ਇਹ ਕੋਈ ਨਫ਼ਰਤ ਦਾ ਨਹੀਂ ਹੈ, ਈਰਖਾ ਦਾ ਨਹੀਂ ਹੈ, ਅਤੇ ਸਿੱਖ ਸਰਬੱਤ ਦਾ ਭਲਾ ਸੋਚਦਾ, ਸਿੱਖ ਇਸ ਤਰ੍ਹਾਂ ਦਾ ਜਿਹੜਾ ਹੈ ਇੱਕ ਬੇਤਾ ਇੱਕ ਸਕੇਹਾ ਮੁਬਾਰਕ ਦਾ ਜੋ ਉਪਦੇਸ਼ ਹੈ, ਸੰਦੇਸ਼ ਹੈ, ਸ਼ਰਧਾ ਦਾ, ਪਿਆਰ ਦਾ, ਪ੍ਰੇਮ ਦਾ, ਇਹ ਜਿਹੜਾ ਹੈ ਸੰਸਾਰ ਦੇ ਵਿੱਚ ਫੈਲਾਇਆ ਜਾਵੇ, ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ, ਅਤੇ ਕੋਸ਼ਿਸ਼ਾਂ ਸਾਰਿਆਂ ਨੂੰ ਹੀ ਕਰਨੀਆਂ ਚਾਹੀਦੀਆਂ ਨੇ, ਅਤੇ ਟਾਈਮ ਵੀ ਦੇਣਾ ਚਾਹੀਦਾ ਹੈ, ਅਤੇ ਅਸੀਂ ਆਪਣੇ ਵੱਲੋਂ ਜਿੰਨੀ ਗੁਰੂ ਮਹਾਰਾਜ ਨੇ ਬਖਸ਼ ਕੀਤੀ ਅਸੀਂ ਇਸ 'ਤੇ ਆਪਣਾ ਕੋਸ਼ਿਸ਼ਾਂ ਕਰ ਰਹੇ ਹਾਂ ਅਸੀਂ ਪੂਰੀ। ਅਤੇ ਤੁਸੀਂ ਗਾਂ ਬਾਰੇ ਕੀ ਸੋਚਿਆ ਹੁਣ? ਗਾਂ ਵੀ ਕੁਛ ਹੋਰ ਕਿਉਂਕਿ ਦਿਮਾਗ ਦੇ ਵਿੱਚ ਤਾਂ ਹਮੇਸ਼ਾ ਹੁੰਦਾ ਹੀ ਹੈ, ਕਿਉਂਕਿ ਤੁਸੀਂ ਇਸ ਪਾਸੇ ਨੂੰ ਲੱਗੇ ਹੋਏ ਹੋ ਕਿ ਸਾਡੇ ਬੱਚਿਆਂ ਦੇ ਆਉਣ ਵਾਲੇ ਭਵਿੱਖ ਦੇ ਵਾਸਤੇ ਤੁਸੀਂ ਗਾਂ ਕੀ ਕਰਨਾ ਚਾਹੁੰਦੇ ਆ ਜਾਂ
कि पंजाब दे स्पैशली पंजाब दी धरती दे विच क्योंकि जिद्दां तुसीं हुण नशियां तों करवा रहे रहत उहनां नूं ते होर की तुसीं गांह सोचिआ कि असीं तां प्रचार लहर नूं अपना जिहड़ा हैगा तेज़ करना चाहुंदे हां ते अपना वध तों वध प्रचार कीता जावे ते जिहड़ी नवीं पनीरी है बच्चे जिहड़े हन उहनां नूं संभालिआ जावे उहनां नूं गुरबाणी दा उपदेश जिहड़ा संदेश मिले उहनां नूं ते बाकी जिहड़ा है बाणी दे विच वी अपना जे असीं कोशिशां कर रहे हां बाणी दे विच अपना परिपक्व होण ते बच्चे जिहड़े हन क्योंकि बचपन तों उहनां नूं जिहड़ी शिक्षा मिल जाणी हुंदी आ उह बहुत जरूरी है ते इसे करके नहीं तां नशिआं विच जां बुरी संगत विच तां ही पैंदे ने ते माता पिता वांगू असीं वी सारे पेरेंट्स नूं उहनां नूं बेनती करदे ने भाई तुहाडा वी फर्ज़ बणदा तुसीं अपने बच्चिआं नूं बचपन तों ही जिहड़ा है संभालो असीं जिहड़ा है कोशिश करदे हां घर घर विच जाईए वध तों वध जिहड़ा हैगा नगरां नगरां विच जा के अपना जिहड़ा है अपना जुड़न जोड़न दे उपराले करिए ते दूसरिआं नूं वी प्रेरणा करिए देशों विदेशों के साडा ही फर्ज बनता भी असी जिंदगी जी सिर्फ अपने वास्ते ना जीवे असी गुरु वास्ते भी समा दईए धर्म वास्ते भी समा दईए जो कि गुरुआ ने साडे वास्ते अपना एडिया कुरबानियां कर दती अपने बच्चे परिवार कुरबान कर दते साडा भी फर्ज बनता है कि असी जिहड़ा है गुरु वास्ते कुछ समा दईए कुछ टाइम दईए इहदे विच साडे जीवन की जिहड़ी है सफलता सानू जिहड़ी है आने वाली पनीरी जिहड़े है बच्चों नू संभालना यह बहुत जरूरी है। बिल्कुल जी ते धन्यवाद जी ਤੁਹਾਡਾ बहुत 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 खुशी हुई ਤੁਹਾਡੇ ਨਾਲ ਗੱਲਾਂ ਬਾਤਾਂ करके टाइम अपना हो गया इजाजत नहीं दे रहा तो जो फिर कितने तुम आए ਸਾਡੇ शहर के लंडन के तो जरूर ਸਾਨੂੰ मुड़ के दर्शन दिओ आप होर भी ਗੱਲਾਂ बहुत ਹੈਗੀਆਂ तो होर भी आप ਗੱਲਾਂ करिए ਤਾਂਕਿ ਸਾਡੇ ਆਉਣ वाले ਬੱਚਿਆਂ ਨੂੰ ਸਾਡੇ ਦਰਸ਼ਕਾਂ ਨੂੰ पता लग सके कि सच है तो की झूठ है तो किस तरह ਸਾਨੂੰ ਬਾਣੀ ਦੇ ਨਾਲ ਜੁੜਨਾ ਚਾਹੀਦਾ तो ਤੁਸੀਂ देख रहे हो जी के टी वी तो असी ਸਾਡੀ कोशिश यही ਹੁੰਦੀ ਹੈ कि असी चंगे प्रचारक चंगे जथे चंगियां शख्सियतों नूं लैके आईए तां कि आने वाले समय में असी संभाल सकीए थोड़ी कोशिश कर सकते हैं सांभना संभावना तो उस परमात्मा के हाथ दे विच है तो बिल्कुल जी सानू हमेशा यह नहीं सोचना चाहिए कि सारा झूठ ही है जां सारा सच ही है पर असी देखना चाहिए जिदा संत ने कहा कि सानू पछाणना चाहिए कि कौन सच है तो कौन झूठ है जिहड़ा तुहानू बाणी ते बाणी दे नाल जोड़दा है वह हमेशा ही सच है तुसी बाणी नाल जुड़ना है बाणी नाल जुड़ना है बाकी आले दुआले जो कुछ हो रहा उसनू भुला दो सिर्फ जुड़ो तो गुरु महाराज के नाल गुरु ग्रंथ साहब जी के नाल ते सारयां दा ही सरबत दा भला मंगो इहदे विच ही सारयां दी भलाई है तो साढ़े कोलों कोई भी प्रोग्राम करदे कोलों गलती हो गई तो साध संगत बख्शन योग है बख्शते रहना तो मिलेंगे जी अगले प्रोग्राम के इस ही टाइम सिक्खी दीआं गल्लां लैके हाजिर हुंदे रहांगे जद तक दी इजाजत वाहिगुरू जी का खालसा वाहिगुरू जी की फतेह।